गोयल म्यूजिक पेश कर दे हन। बाहर तो निकल, पता नहीं अंदर की करी जांदा आ। पूरा तारा तक कर लेना दी, थोड़ा ठहर के आंदी, मगर तका भी आए। हाय हाय मां सदके नी में मर जा। जे मरना तो मेरे ते मरी है, मैं भंग ते भाणे ना मर दी। और कर लोग तेरे भी मार दे। वे मर जाने आ भजने आ, सच्ची गल आ, तेरे ते दा ना मुड़ के जवानी आ गई। आ दुख देनी है, मुड़ के जवानी आउण नु मेरे तो जवानी गई कदों सी जी, आउणा सी जेड़ा ने। चल छड्ड, इन्ना सामान की लई बैठे आ? आहा शीशा, सुरखी, ब्रश, मकलावा लेन चले आ। ओए मकलावा लेवणा सी दा दुख देनी, तेरा ही लेवणा सीगा। आ बीड़ा बह गया तेरी मासी दा। की गल वे? आ जेड़ी तेरे पिंड साडे पिंड तेरी रिश्तेदारी है, दुनियादारी दा भी ध्यान रखना पैंदा वा। ओ पड़वातियां सी ना नासा। ए जेड़ा कम आ ए छोटा मोटा कम नहीं, ए बड़ा तकनीक नाल कम करना पैंदा, इवें रिस्क लेना पैंदा, समझे ना। यू फॉलो मी। सिर ते टोकरा चक्की गोहे दियां मैकां खलारदी हुई पंजाब रोडवेज दी बस टिक कर दी जांदी सी। मैं भी देख ला दरबख्श के मैसी ट्रैक्टर को सीटियां मारदा तेरे मूहरे आखड़ा। ओदो पता मैं तेनू की कहा सी ते तेरे लंबे लंबे वाल, तेरे हिरनी वर्गी चाल, तेरा गोरा गोरा रंग, उत्तों पाई पजामी तंग, दस तेनू हीर ना आखा ता की आखा। तेनू जो मैं कैसे हो याद आ? ਮੈਨੂੰ ਤਾਂ ਯਾਦ ਨਹੀਂ। ਲੈ ਸੁਣ, ਤੂੰ ਜਮਾ ਹੀ ਮੇਰੇ ਮਾਸੀ ਦੇ ਮੁੰਡੇ ਵਾਂਗੂ ਲੱਗਦਾ। ਤੈਨੂੰ ਵੀਰ ਨਾ ਆਖਾ ਤਾਂ ਕੀ ਆਖਾ। ਆ ਜਾ ਬਹਿ ਜਾ, ਬਹੁਤ ਹੋ ਗਈ ਮੇਰੇ ਨਾਲ। ਚੱਲ ਕੋਈ ਨੀ, ਗੁੱਸਾ ਕਿਉਂ ਕਰੀ ਜਾਣਾ, ਹੋਰ ਸੁਣਾ। ਹੋਰ ਕੀ ਸੁਣਾਵਾਂ। ਹਾਂ ਸ਼ਾਂਤੀ, ਇੱਕ ਦਿਨ ਮੈਂ ਫੇਰ ਤੇਰੇ ਰਾਹ 'ਚ ਨਾਕਾ ਲਾ ਕੇ ਖੜ ਗਿਆ ਸੀ। ਅੱਜ ਫੇਰ ਟੱਕਰ ਗਿਆ, ਮਰ ਜਣੇ। ਚੱਲ ਅੱਜ ਤੇਰਾ ਜੰਮਣ ਵੇੜੀ ਦੇਣਾ ਮੈਂ। मैं तेनू उस प्यार दी गल करदा जिन्ना रांझे ने हीर नूं कीता, मिर्जे ने सहवा नूं कीता, फरियाद ने श्री नूं कीता, महिवाल ने सोनी नूं कीता। वे सवा प्यार कीता, जय खान भी उई बदनाम हो गए, ब्याह भी किस तो करवाए नहीं गया, मर जाने सारे छड़े ही मर गए। वे भजने एक गल दस, तीमे वाले पंगे ते बथेरे लए होणगे, सोना सुनखा भी बथेरा सी, फिर तेरा ब्याह क्यों नहीं होया? ਲੈ ਹੁਣ ਤੂੰ ਨਾ ਵਿਆਹ ਦੀ ਗੱਲ ਚੰਗੀ ਤਰ੍ਹਾਂ ਮੈਂ ਤਾਂ ਸੁਣ ਹੀ ਲਿਆ। ਸਾਡੇ ਬੁੜੇ ਦਾ ਬੇੜਾ ਬੈ। ਵੇ ਕੀ ਗੱਲ ਹੋ ਗਈ? ਇੱਕ ਨੰਬਰ ਦਾ ਠਰਕੀ ਸੀ ਸਾਡਾ ਬੁੜਾ, ਤੈਨੂੰ ਮੈਂ ਦੱਸ। ਹਾਏ ਹਾਏ, ਜਿੱਥੇ ਮੈਂ ਜਾ ਕੇ ਕੁੜੀ ਦੇਖਣੀ। ਬਾਪੂ ਬਾਪੂ ਬਾਪੂ
ਬਾਪੂ ਕਿੰਨੀ ਕੁ ਉਮਰ ਹੋ ਗਈ? ਉਮਰ ਤਾਂ ਜੀ 22 ਸਾਲ ਆ। ਅਜੇ ਤਾਂ ਕੁਛ ਨਹੀਂ ਹੋਈ ਉਮਰ ਤੁਹਾਡੀ। ਇਹ ਆਪਣੀ ਉਮਰ ਦੀ ਨਹੀਂ ਗੱਲ ਕਰ ਰਹੇ, ਬੇਟੀ ਦੀ ਉਮਰ ਦੀ ਗੱਲ ਕਰ ਰਹੇ ਨੇ। ਬਾਪੂ ਗੱਲ ਸੁਣ, ਤੂੰ ਦਿਨ ਰੱਖ ਵਿਆਹ ਦੇ ਛੇਤੀ। ਕੁੜੀ ਮੈਨੂੰ ਪਸੰਦ ਆ, ਮੈਨੂੰ ਬੜੀ ਪਸੰਦ ਆ। ਚਲੋ ਚਲੋ ਉੱਠੋ, ਕੋਈ ਰਿਸ਼ਤਾ ਰੁਸ਼ਤਾ ਨਹੀਂ ਕਰਨਾ, ਚਲੋ ਨਿਕਲ ਜਾਓ ਮੇਰੇ ਘਰੋਂ ਬਾਹਰ। ਮੈਨੂੰ ਕੁੜੀ ਪਸੰਦ ਆ ਜੀ, ਮੈਨੂੰ ਕੁੜੀ ਪਸੰਦ ਆ। ਤੂੰ ਮੈਂ ਕਹਿੰਦਾ ਬਾਹਰ ਚਲੋ। ਮੈਂ ਹੁਣ ਤੈਨੂੰ ਦੱਸਾਂ ਬੁੜਿਆ, ਇਹ 11ਵਾਂ ਰਿਸ਼ਤਾ ਜਿੱਥੇ ਤੂੰ ਬੇੜੀਆਂ 'ਚ ਵੱਟੇ ਪਾਉਣ ਲੱਗਿਆ, ਤੂੰ ਘਰੇ ਚੱਲ। ਅੱਜ ਮੈਂ ਨਾ ਦੇਖੀ ਜੋ, ਅੱਜ ਮੈਂ ਤੇਰੀ ਧੌੜੀ ਲਾਉਣੀ। ਇਹ ਗੱਲ ਸੁਣ, ਕਿਤੇ ਗੱਲ ਗੁੱਲੀ ਬਣੀ। ਆਉਂ ਤਾਂ ਫਿਰ ਮੈਂ ਇੱਕ ਵਾਰੀ ਬਗੈਰ ਦੱਸੇ ਤੋਂ ਬੁੜੇ ਤੋਂ ਮੈਂ ਕੁੜੀ ਪਸੰਦ ਕਰ। ਗੱਲ ਦਾ ਨਾਂ ਕੀ ਹੈ? ਕੁੜੀ ਪਸੰਦ ਆ, ਤੇ ਤੁਹਾਡਾ ਮੇਰੇ ਬਾਰੇ ਕੀ ਵਿਚਾਰ ਹੈ? ਉਹ ਤਾਂ ਠੀਕ ਹੈ ਕਾਕਾ, ਧੀ ਤਾਂ ਅਸੀਂ ਵੀ ਬੜੇ ਲਾਡਾਂ ਨਾਲ ਪਾਲੀ ਹੋਈ ਹੈ, ਪਰ ਕਾਕਾ ਤੇਰਾ ਬਾਪੂ? ਬਾਪੂ ਬਾਪੂ ਕਿੱਥੇ ਕਿੱਥੇ ਬਾਪੂ ਬਾਪੂ ਬਾਪੂ? ਸਾਨੂੰ ਨਹੀਂ ਪਤਾ ਸੀ ਤੇਰਾ ਬਾਪੂ ਹੈ। ਰੱਬ ਕਰਕੇ ਤੁਹਾਡੀ ਗੱਲ ਸੱਚੀ ਹੋ ਜਾਵੇ। ਜੇ ਮੈਂ ਕੁੜੀ ਵਾਲਿਆਂ ਨੂੰ ਕਿਹਾ, ਮੈਂ ਕਿਹਾ ਵੀ ਗੱਲ ਸੁਣ ਲਓ, ਝੱਟ ਮੰਗਣੀ ਪਟੱਕ ਸ਼ਾਦੀ ਹੋਣੀ ਚਾਹੀਦੀ ਆ, ਤੇ ਦਾਜ ਦੂਜ ਦੀ ਮੈਨੂੰ ਕੋਈ ਲੋੜ ਨਹੀਂ, ਕੁੜੀ ਨੂੰ ਭਾਵੇਂ ਇਕੱਲੇ ਕੱਪੜਿਆਂ 'ਚ ਤੋੜ। ਚੱਲੇ ਡਾਲ। ਬਾਪੂ ਬਾਪੂ ਮੈਂ ਵੀ ਨਾਲ ਜਾਣਾ। ਨਾ ਪੁੱਤ ਨਾ। ਨਹੀਂ ਬਾਪੂ ਮੈਂ ਵੀ ਨਾਲ ਜਾਣਾ। ਨਾ ਚੰਗਾ ਬਾਪੂ ਜੀ, ਇਦਾਂ ਕਰੋ, ਦੇਖੋ ਮੈਂ ਵੀ ਨਹੀਂ ਚਾਹੁੰਦਾ ਵੀ ਜ਼ਿਆਦਾ ਖਰਚ ਹੋਵੇ, ਤੇ ਨਾਲੇ ਮੇਰਾ ਵੀ ਇਹਨਾਂ ਤੋਂ ਬਿਨਾਂ ਦਿਲ ਨਹੀਂ ਲੱਗਣਾ, ਤੇ ਮੈਂ ਚਾਹੁੰਦਾ ਵੀ ਅੱਜ ਹੀ ਕੰਮ ਨਿਬੜ ਜੇ, ਤੇ ਮੈਂ ਬਾਪੂ ਜੀ ਇਹਨਾਂ ਨੂੰ ਇਸੇ ਸੂਟ ਦੇ ਵਿੱਚ ਹੀ ਲੈ ਜਾਂਦਾ। ਨਹੀਂ ਫਿਰ ਮੈਂ ਨਹੀਂ ਜਾਣਾ। ਕਾਤੋਂ ਡਾਲੇ ਇਹਦੇ ਸਾਡੇ ਗੁਆਂਢੀਆਂ ਦੀ ਕੁੰਡੋ ਦਾ ਸੂਟ ਆ। ਲੈ ਬਈ ਸ਼ਾਂਤੀ, ਮੈਂ ਆਪਣੇ ਜੁੰਡੀ ਦੇ ਯਾਰ ਜਾਗਰ ਹੋਣੀ ਭਾਣੇ ਉਹਨਾਂ ਨੂੰ ਲੈ ਕੇ, ਮੈਂ ਕਿਹਾ ਜ਼ਿਆਦਾ ਬਰਾਤ ਨਹੀਂ ਚਾਹੀਦੀ, ਥੋੜੀ ਲੈ ਕੇ ਚੱਲਾਂਗੇ। ਅੱਛਾ, ਤੇ ਦੇਖ ਲੈ ਕੁੜੀ ਵਾਲਿਆਂ ਦੀ ਸਰਦਲ ਤੇ ਜਾ ਪਹੁੰਚੇ ਫਿਰ। ਅੱਛਾ, ਢੋਲ ਦੇ ਡੱਗੇ ਤੇ ਲੱਗ ਗਏ ਜਾਗਰ ਹੋਣੀ ਭੰਗੜਾ ਪਾਉਣ। ਕੁੜੀਆਂ ਰੀਵਣ ਲਈ ਖੜੀ। ਵੈਲਕਮ ਜੀਜੂ ਜੀ ਆਉਨੇ ਆ। ਗੱਲ ਸੁਣੋ, ਜੇਕਰ ਬੁੜਾ ਤਾਂ ਨਹੀਂ ਕਿਸੇ ਪਾਸੇ, ਮੈਂ ਕਹਿੰਦਾ ਮੇਰਾ ਪੂਰਾ ਇੰਤਜ਼ਾਮ ਕੀਤਾ, ਤੂੰ ਬੇਫਿਕਰ। ਜੇ ਬੁੜਾ ਆ ਗਿਆ ਉਹਨੂੰ ਬੇੜੀਆਂ 'ਚ ਬੱਟੇ ਪਾ ਦੇਣਾ, ਆਸੇ ਪਾਸੇ ਧਿਆਨ ਰੱਖੀ। ਹਾਂ ਸਾਲ ਗਿਓ। ਜੀਜੂ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਨਿੱਕਾ ਜਿਹਾ ਨਜ਼ਰ ਵੱਟੂ ਕਿੱਥੋਂ ਲਿਆਂਦਾ? ਇਹ ਨਜ਼ਰ ਵੱਟੂ ਨਹੀਂ, ਮੈਂ ਇੱਕ ਹੀ ਨਹੀਂ ਲੈ ਕੇ ਜਾਣੀ, ਇੱਕ ਇਹਦੇ ਵਾਸਤੇ ਵੀ ਲੈ ਕੇ ਜਾਣੀ। ਆ ਡਾਲਡੇ ਦੇ ਡੱਬੇ ਜਿੱਡਾ ਤਾਂ ਹੈਗਾ, ਇਹਨੇ ਵਿਆਹ ਕੀ ਕਰਾਉਣਾ? ਇਹ ਡਾਲਡੇ ਦਾ ਡੱਬਾ ਨਹੀਂ, ਪੂਰਾ ਬੰਦਾ ਵਾ। ਆ ਨਾਲੇ ਹੱਥ ਨਾ ਲਾਈਏ, ਇਹਨੂੰ ਕਰੰਟ ਪੈਂਦਾ, ਮੈਂ ਤੈਨੂੰ ਦੱਸਾਂ। ਆ ਛੇਤੀ ਕਰੋ, ਕੀ ਕਾਰਵਾਈ ਕਰਨੀ ਹੈ? ਪੂਰੇ 500 ਰੁਪਇਆ ਕੱਢੋ। 500 ਰੁਪਇਆ ਨਹੀਂ, ਰੁਪਇਆ ਚੱਕੋ 1000, ਰੀਬ ਨਾ ਆਪ ਹੀ ਕੱਟ ਲਿਓ, ਮੈਨੂੰ ਕਾਹਲੀ ਬਹੁਤ ਆ ਥੱਲੇ ਦੀ ਲੰਘ ਜਾਂਦੀ। ਦੇਲਾ ਸ਼ਾਂਤੀਏ, ਅਜੇ ਮੈਨੂੰ ਜਦੋਂ ਆਨੰਦ ਕਾਰਜਾਂ ਦੀ ਰਸਮ ਸ਼ੁਰੂ ਹੋਈ, ਮੇਰਾ ਪੱਲਾ ਹਜੇ ਕੁੜੀ ਦੇ ਹੱਥ 'ਚ ਫੜਾਉਣ ਹੀ ਲੱਗੇ ਸੀ, ਉਦੋਂ ਪੰਗਾ ਪੈ ਗਿਆ। ਵੀ ਕੀ ਗੱਲ ਹੋ ਗਈ? ਸ਼ਾਂਤੀ ਇੱਕ ਬੁੜੀ ਆਈ, ਉਹਨੇ ਇੱਕ ਬੁੜੀ ਦੇ ਪਤਾ ਨਹੀਂ ਕੀ ਕੰਨ 'ਚ ਘੁਸਰ ਮੁਸਰ ਕੀਤੀ, ਉਹ ਬੁੜੀ ਉੱਠ ਖੜੀ, ਉਹਨੇ ਗਾਹਾਂ ਕਹਿ ਉਹ ਉੱਠ ਗਿਆ। ਚਲੋ ਸਾਰੇ ਉੱਠਦੇ ਉੱਠਦੇ ਸ਼ਾਂਤੀ ਸਾਰਾ ਪੰਡਾਲ ਖਾਲੀ ਹੋ ਗਿਆ। ਹਾਏ ਅਮਲੀਏ, ਫੇਰ ਅਜੇ ਤਾਂ ਜਾਗਰ ਹੋਣੀ, 5-7 ਬਰਾਤੀ ਰਹਿ ਗਏ ਜਾਂ ਇਕੱਲਾ ਭਾਈ ਜੀ ਰਹਿ ਗਏ। ਮੈਂ ਆਸਾ ਪਾਸਾ ਦੇਖ ਕੇ ਕੁੜੀ ਨੂੰ ਕਿਹਾ, ਇਹ ਬੰਦੇ ਤੇ ਬੁੜੀਆਂ ਸਾਰੇ ਕਿੱਥੇ ਉੱਠ ਕੇ ਚਲੇ ਗਏ ਭੈਣੇ? ਮੈਨੂੰ ਕੀ ਪਤਾ ਵੀਰ। ਮੈਂ ਕਿਹਾ ਸ਼ਾਂਤੀ, ਮੈਨੂੰ ਡਰ ਲੱਗੇ, ਮੈਂ ਕਿਹਾ ਕਿਤੇ ਸਾਡਾ ਬੁੜਾ ਤਾਂ ਨਹੀਂ ਆ ਗਿਆ, ਉਹਨੇ ਪੰਗਾ ਨਾ ਖੜਾ ਕਰਤਾ ਹੋਵੇ। ਮੈਂ ਹਾਰ ਕੇ ਭਾਈ ਜੀ ਕੋਲੇ ਗਿਆ। ਅੱਛਾ ਬਾਬਾ ਜੀ, ਮੈਥੋਂ ਕੀ ਗਲਤੀ ਹੋ ਗਈ? ਨਾ ਤਾਂ ਮੈਂ ਕੋਈ ਦਾਜ ਦੀ ਮੰਗ ਕੀਤੀ ਆ, ਹੈ ਨਾ ਮੈਂ ਕੁਛ ਹੋਰ ਮੰਗਿਆ, ਕੁੜੀ ਮੈਨੂੰ ਪਸੰਦ ਆ, ਬਰਾਤੀ ਮੈਂ ਘੱਟ ਲੈ ਕੇ ਆਇਆ। ਬਾਬਾ ਜੀ ਮੈਨੂੰ ਲੱਗਦਾ ਇੱਕ ਬੁੜੀ ਨੇ ਨਾ ਇੱਕ ਬੁੜੀ ਦੇ ਕੰਨ 'ਚ ਆ ਕੇ ਕੁਛ ਕਿਹਾ, ਉਹਨੇ ਭਾਨੀ ਮਾਰੀ ਆ, ਤਾਂ ਸਾਰੇ ਬੰਦੇ ਉੱਠ ਕੇ ਚਲੇ ਗਏ। ਉਹ ਦੇਖੋ ਕਾਕਾ ਜੀ,
ਭਾਨੀ ਭੁੰਨੀ ਕਿਸੇ ਨੇ ਕੋਈ ਨੀ ਮਾਰੀ। ਉਹ ਤੇ ਬੁੜੀ ਨੇ ਕੰਨ ਚੋਂ ਝਾਣ ਕੇ ਕਿਹਾ ਵੀ ਟੂਟੀਆਂ ਵਿੱਚ ਪਾਣੀ ਆ ਗਿਆ ਵਾ, ਆਪੋ ਆਪਣੇ ਤੋੜੇ ਭਰ ਲੋ, ਆਨੰਦ ਕਾਰਜ ਫੇਰ ਵੀ ਹੁੰਦੇ ਰਹਿਣਗੇ। ਵੇ ਭਜਨਿਆ, ਤੈਨੂੰ ਨੀ ਜਨਾਨੀ ਰੱਖਣੀ ਆਉਂਦੀ ਨਾ? ਮੈਂ ਜਨਾਨੀ ਦੇ ਗਲ ਚ ਸੰਗਲ ਪਾ ਕੇ ਕਿੱਲੇ ਤੇ ਬੰਨ ਕੇ ਰੱਖਿਆ ਕਰਾਂ? ਚੰਗੀ ਭਲੀ ਸ਼ਹਿਰ ਦੀ ਕੁੜੀ ਸੀ, ਸੋਹਣੀ ਸੁਨੱਖੀ, ਪੜ੍ਹੀ ਲਿਖੀ, ਨਾਲੇ ਆਪਦਾ ਬਿਊਟੀ ਪਾਰਲਰ ਸੀ, ਚੰਗੀ ਕਮਾਈ ਕਰਦੀ ਸੀਗੀ, ਨਾਲੇ ਤੈਨੂੰ ਕੰਮ ਕਰਨ ਦੀ ਕੀ ਲੋੜ ਸੀ? ਉਹਦਾ ਨਾਂ ਨਾ ਲੈ ਮੇਰੇ ਕੋਲ ਆ ਬਿਊਟੀ ਪਰੂਰ ਵਾਲੀ ਕੁੜੀ ਦਾ, ਮੈਂ ਤੈਨੂੰ ਦੱਸਾਂ ਕੀ ਗੱਲ ਹੋ ਗਈ। ਉਹਨੇ ਮੇਰੀ ਬਹੁਤ ਬੇਇੱਜ਼ਤੀ ਕਰਾਈ ਸੀ। ਹਾਏ ਹਾਏ, ਉਹ ਕਿਵੇਂ? ਮੈਥੋਂ ਵੀ ਹਨੀਮੂਨ ਵਾਲੇ ਦਿਨ ਕੁੱਟ ਬੜੀ ਖਾਧੀ। ਵੇ ਕਮਰਿਆ, ਹਨੀਮੂਨ ਵਾਲੇ ਦਿਨ ਵੀ ਕਿਸੇ ਨੂੰ ਕੁੱਟਦਾ ਹੁੰਦਾ? ਲੈ ਹੁਣ ਉਹਦੀ ਗੱਲ ਸੁਣ। ਮੈਂ ਵੀ ਸੋਚਿਆ ਸੀ, ਮੈਂ ਕਿਹਾ ਚੱਲ ਕੁੜੀ ਸ਼ਹਿਰ ਦੀ ਹੈ, ਚੰਗੀ ਸੋਹਣੀ ਸੁਨੱਖੀ ਹੈ ਤੇ ਪੜ੍ਹੀ ਲਿਖੀ ਹੈ, ਮੈਂ ਕਿਹਾ ਚੱਲ ਬਿਊਟੀ ਪਰੂਰ ਦਾ ਕੰਮ ਵੀ ਕਰਦੀ ਆ, ਮੈਂ ਵੀ ਕਿਤੇ ਵੇਲੇ ਕਵੇਲੇ ਡੈਂਟਿੰਗ ਪੇਂਟਿੰਗ ਕਰਵਾ ਲਿਆ ਕਰੂੰਗਾ। ਆਹੋ, ਸ਼ਹਿਰ ਦੀ ਕੁੜੀ ਹੈ ਵੀ ਹਨੀਮੂਨ ਵੀ ਨਾ ਕਿਤੇ ਚੰਗੀ ਜਗ੍ਹਾ ਮਨਾ ਕੇ ਆਈਏ, ਕਿਉਂਕਿ ਹਨੀਮੂਨ ਕਿਹੜਾ ਕਿਤੇ ਨਿਤ ਨਿਤ ਬਣਾਉਣਾ, ਜ਼ਿੰਦਗੀ 'ਚ ਇੱਕੋ ਵਾਰੀ ਬਣਾਉਣਾ। ਆਹੋ, ਤੇ ਸ਼ਾਂਤੀ ਜਦੋਂ ਮੈਂ ਇਹਨੂੰ ਕਿਹਾ ਨਾ, ਅੱਛਾ ਫਿਰ ਹੁਣ ਆਪਣਾ ਹਨੀਮੂਨ ਕਿੱਥੇ ਬਣਾਉਣ ਚੱਲੀ? ਹਨੀਮੂਨ ਸਿੰਗਾਪੁਰ। ਉਹ ਨਾ ਨਾ ਨਾ, ਸਿੰਗਾਪੁਰ ਦਾ ਨਾਂ ਨਾ ਲੈ, ਐਵੇਂ ਜਹਾਜ਼ ਦੇ ਵਿੱਚ ਮੈਂ ਡਰਦਾ ਬਹੁਤ ਹਾਂ, ਕਈ ਦਫ਼ਾ ਡਰਾਈਵਰ ਲਾਹਣ ਲੂਣ ਪੀ ਕੇ ਚਲਾਉਣ ਲੱਗ ਜਾਂਦੇ, ਐਵੇਂ ਕੱਸ ਦੇ ਵਿੱਚ ਮਾਰਨਗੇ, ਨਾਲੇ ਕੰਧ ਨਾ ਕੋਠਾ ਕੀ ਪਤਾ ਐਵੇਂ ਡਗ ਡੁੱਗ ਪੈਂਦਾ ਨਾ ਜਹਾਜ਼। ਤੂੰ ਹੋਰ ਕਿਤੇ ਦੱਸ, ਕਿਤੇ ਚੱਲ। ਆਪਾਂ ਚੱਲਦੇ ਹਾਂ ਕਸ਼ਮੀਰ। ਉਹ ਕਾਹਾਂ ਨੂੰ ਕਸ਼ਮੀਰ, ਪਤਾ ਨਹੀਂ ਕਿੱਥੋਂ ਨਾਂ ਲੱਭਦੀਆਂ ਕਸ਼ਮੀਰ। ਉਹ ਤਾਂ ਤੈਨੂੰ ਪਤਾ ਹਨੀਮੂਨ ਮਨਾਉਣ ਜਾਣਾ, ਐਵੇਂ ਕੋਈ ਪੁੜਪੜੀ 'ਚ ਮਾਰ ਕੇ ਸੜ ਦੂਗਾ, ਉਹ ਵੀ ਗੱਲਾਂ ਕਰਦੀ। ਹੋਰ ਦੱਸ ਕਿੱਥੇ ਚੱਲੀ? ਜੈਪੁਰ। ਓਹੋ, ਜੈਪੁਰ ਰਾਜਸਥਾਨ 'ਚ ਲਈ ਫਿਰਦੇ ਆ ਰੇਤੇ 'ਚ, ਉੱਥੇ ਮੈਨੂੰ ਮਾਰਨਾ ਵਾ ਹੈ? ਲੱਗ ਲੇ, ਲੱਭ ਗਈ ਜਗ੍ਹਾ ਮੈਨੂੰ, ਲੱਭ ਗਈ। ਕਿੱਥੇ ਲੱਭੀ? ਚਾਰੇ ਪਾਸੇ ਗ੍ਰੀਨਰੀ ਗ੍ਰੀਨਰੀ, ਆਹਾ ਬਰਫ ਹੀ ਬਰਫ, ਪਹਾੜੀਆਂ ਹੀ ਪਹਾੜੀਆਂ, ਵੈਦਰ ਕਿੰਨਾ ਪਿਆਰਾ ਵਾ। ਆਪਾਂ ਹਨੀਮੂਨ ਮਨਾਉਣ ਚੱਲਦੇ ਹਾਂ ਸ਼ਿਮਲੇ। ਸ਼ਿਮਲੇ ਨਹੀਂ ਜਾਣਾ, ਸ਼ਿਮਲੇ ਨਹੀਂ ਜਾਣਾ, ਹੋਰ ਮੈਂ ਤੈਨੂੰ ਫਰਦਵਾਰ ਲੈ ਜਾ। ਮੈਂ ਸ਼ਾਂਤੀ, ਮੈਂ ਕਿਹਾ ਬਈ ਟਾਹਰ ਨਾ ਚੰਗੀ ਗੱਡੀ ਲੈ ਕੇ ਗਿਆ। ਅੱਛਾ, ਤੇ ਸ਼ਾਂਤੀ ਜਦੋਂ ਮੈਂ ਹੋਟਲ ਮੂਹਰੇ ਜਾ ਕੇ ਗੱਡੀ ਰੋਕੀ, ਕਿੰਨਾ ਵਧੀਆ ਵੈਦਰ ਆ, ਉਹ ਪਹਾੜੀ ਦੇ ਉੱਪਰ ਮੇਰਾ ਦਿਲ ਕਰਦਾ ਵੀ ਉੱਥੇ ਦਾ ਤੈਨੂੰ ਕੋਠੀ ਬਣਾ ਕੇ ਦੇਵਾਂ, ਪਰ ਮੈਂ ਉੱਥੋਂ ਉਤਰੂ ਕਿਵੇਂ? ਓਏ ਵੇਟਰ ਭੱਜੇ ਹੁਣ, ਬੀਬੀ ਜੀ ਆ ਗਏ, ਬੀਬੀ ਜੀ ਆ ਗਏ। ਸਲਾਮ ਸਲਾਮ, ਸਮਾਨ ਲੈ ਕੇ ਆਓ, ਚਲੋ। ਕਿੰਨੀ ਗੁੱਡਵੈਲਾ ਹੈ ਘਰ ਵਾਲੀ ਦੀ, ਵੀ ਆਈ ਪੀ ਲੱਗਦੀ, ਕਿੱਥੋਂ ਤੱਕ ਜਾਣਦੀ ਆ ਦੁਨੀਆ ਬੀਬੀ ਜੀ ਨੂੰ ਹੈ। ਮੈਨੂੰ ਸ਼ੱਕ ਪੈ ਗਿਆ, ਮੈਂ ਕਿਹਾ ਵੀ ਕੋਈ ਨਾ ਕੋਈ ਗੜਬੜ ਲੱਗਦੀ ਜ਼ਰੂਰ ਆ। ਦੱਸੋ ਬੀਬੀ ਜੀ ਨੂੰ ਕਿਵੇਂ ਜਾਣਦੇ? ਜੇ ਤੁਸੀਂ ਐਡੀ ਵੱਡੀ ਖੇਚਲਾ ਕਰ ਦਿੱਤੀ ਆ ਤੇ ਦੱਸਣਾ ਤਾਂ ਪੈਣੀ ਹੈ ਨਾ, ਦੱਸੋ ਮੈਡਮ ਜੀ ਸਾਹਿਬ। ਉਹ ਜਾਣੀਆ ਕਿਵੇਂ ਨਾ, ਬੀਬੀ ਜੀ ਮਹੀਨੇ ਦੀ ਮਹੀਨੇ ਇੱਥੇ ਹੀ ਹਨੀਮੂਨ ਮਨਾ ਕੇ ਜਾਂਦੇ ਆ। ਸ਼ਾਂਤੀ, ਮੈਂ ਤੈਨੂੰ ਕੀ ਦੱਸਾਂ, ਜਿਹੜਾ ਵਿਆਹ ਵਾਲਾ ਨਾ, ਇਹਦਾ ਰੱਬ ਨਾ ਮੇਰਾ ਵਿਆਹ ਵਾਲਾ ਖਾਨਾ ਉਹ ਬਸ ਉਦਾਂ ਹੀ ਛੱਡ ਗਿਆ, ਉਹਨੂੰ ਪਤਾ ਪਤਾ ਨਹੀਂ ਲੱਗਿਆ। ਕਾਹਨੂੰ ਭਜਣਿਆ, ਲੋਕ ਇੰਨੇ ਟੂਣੇ ਟਾਮਣ ਕਰਦੇ ਆ, ਕਿਸੇ ਬਾਬੇ ਕੋਲ ਜਾਣਾ ਸੀ। ਬਈ ਬਾਬਾ ਮੈਨੂੰ ਮਿਲਿਆ ਸੀ ਸ਼ਾਂਤੀ। ਅੱਛਾ, ਐਸਾ ਚਮਤਕਾਰੀ ਬਾਬਾ। ਬੱਚਾ, ਤੈਨੂੰ ਕਰਾਮਾਤੀ ਪੁੜੀ ਦੇਵਾਂਗੇ, ਜਿਹੜੀ ਕੁੜੀ ਪਸੰਦ ਆ ਜੇ ਚਾਹ ਦੇ ਵਿੱਚ ਘੋਲ ਕੇ ਉਹਨੂੰ ਪਿਆ ਦੀ ਜੀ ਬਾਬਾ ਜੀ, ਵਿਆਹ ਤੇ ਮੰਗਣਾ ਇਕੱਠਾ ਹੀ ਹੋ ਜੂ। ਧੰਨ ਭਾਗ ਬਾਬਾ ਜੀ, ਧੰਨ ਹੋ ਤੁਸੀਂ ਬਾਬਾ ਜੀ। ਆ ਲਓ ਪੁੜੀ ਨੰਬਰ ਇੱਕ, ਬਸ ਇੱਕ ਕਿਰਪਾ ਹੋਰ ਕਰ ਦਿਓ ਬਾਬਾ ਜੀ। ਦੱਸੋ ਬੱਚਾ। ਜੇ ਕਿਤੇ ਕੁਛ ਇਹੋ ਜਿਹਾ ਮੰਤਰ ਪੜ੍ਹ ਦੇਵਾਂ ਬਾਬਾ ਜੀ ਕਿ ਘਰ ਦੇ ਵਿੱਚ ਬੱਚਾ ਠੁਮਕ ਠੁਮਕ ਕਰਦਾ ਫਿਰਦਾ ਰੇ, ਕੋਈ ਮਿਹਰ ਕਰੋ, ਕਿਰਪਾ ਕਰੋ ਬਾਬਾ ਜੀ। ਆ ਲਓ ਫਿਰ ਪੁੜੀ ਨੰਬਰ ਦੋ। ਜੀ ਬਾਬਾ ਜੀ, ਤੁਹਾਡੇ ਕੰਮ ਜਾਣਗੇ ਹੋ। ਵਾਹ, ਸ਼ਰਤ ਜਾਦੇ ਪੱਕਾ ਲਾ ਜਾ, ਇਹ ਪੁੜੀ ਖਵਾ ਦਿਓ, ਤੁਹਾਡੇ ਘਰ ਮੁੰਡਾ ਜ਼ਰੂਰ ਆਊਗਾ। ਨਾ ਫਿਰ ਕੁੜੀ ਕਾੜੀ ਕੋ ਪਸੰਦ ਆਈ? ਕੁੜੀ ਸ਼ਾਂਤੀ ਕੈਨੇਡਾ ਦੀ ਕੁੜੀ, ਕੈਨੇਡਾ ਦੀ ਸੋਹਣੀ ਸੁਨੱਖੀ, ਮੈਂ ਕਿਹਾ ਕਮਾਲ ਹੋ ਗਈ।
ਪਿੱਛੋਂ ਦੇਖੋ, ਅੱਗੇ ਦੇਖੋ, ਮੋਟਰ ਦੇ ਉੱਪਰ ਦੀ ਟਾਹਲੀ ਦੇ ਕੋਲ ਦੀ, ਤੇ ਉਸ ਤੋਂ ਵੀ ਉੱਪਰ ਦੇਖੋ, ਉਸ ਤੋਂ ਵੀ ਬਿਊਟੀਫੁਲ, ਵੈਰੀ ਗੁੱਡ, ਦੇਖੋ ਦੇਖੋ ਉੱਪਰ, ਹੋਰ ਦੇਖੋ ਹੋਰ ਦੇਖੋ। ਮੈਂ ਸੰਤੀ ਨੂੰ ਚਾਹ ਦੇ ਵਿੱਚ ਕੁੜੀ ਪਿਆਤੀ। ਇਹ ਜਲਦੀ ਪੀਓ ਚਾਹ, ਤਾਂ ਕਿ ਬਾਬੇ ਨੇ ਕਿਹਾ ਸੀ ਇਹਦਾ ਅਸਰ ਨਾ ਖਤਮ ਹੋ ਜੇ। ਬਾਬੇ ਬਾਬਾ ਬਾਬਾ ਮੀਨਜ ਮੇਰੇ ਬਾਪੂ ਦਾ ਬਾਪੂ, ਉਹ ਕਹਿੰਦਾ ਸੀ ਜਿਹੜੀ ਚਾਹ ਵਾ ਉਹ ਫਟਾਫਟ ਪੀ ਜਾਣੀ ਚਾਹੀਦੀ ਹੈ। ਹੁਣ ਦੇਖ ਉਹ ਜਿਹੜੀ ਮੋਟਰ ਹੈ ਉਹ ਤੁਹਾਡੀ ਹੈ? ਨਾ 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 ਨਾ, ਉਹ ਸਾਡੀ ਨਹੀਂ ਹੈ। ਇੱਧਰ ਦੇਖੋ। ਅੱਛਾ, ਉਹ ਜਿਹੜੀ ਮੋਟਰ ਉਹ ਆਪਣੀ ਹੈ? ਨਹੀਂ, ਉਹ ਵੀ ਨਹੀਂ ਆਪਣੀ ਹੈ। ਇੱਧਰ ਦੇਖੋ, ਇੱਥੋਂ ਤੋਂ ਲੈ ਕੇ ਜਿਹੜੀ ਉਹ ਇੱਧਰ ਮਾਰਨ ਲੇਗਾ ਉਹ ਤੱਕ ਦਿਸਦਾ, ਉਹ ਸਾਰੀ ਆਪਣੀ ਹੈ? ਨਹੀਂ, ਆਪਣੀ ਹੋ ਜੂਗੀ ਡਾਰਲਿੰਗ, ਹੋ ਜੂ ਹੋ ਜੂ ਡੀਅਰ। ਅਗਰ ਮੈਂ ਨਾ ਆਪਣੀ ਪ੍ਰੋਪਰਟੀ ਦਿਖਾਉਣ ਲੱਗ ਗਿਆ ਤਾਂ 2-3 ਦਿਨ ਲੱਗ ਜਾਣੇ ਆ, ਫਿਰ ਸ਼ਾਦੀ ਬਾਰੇ ਕੀ ਵਿਚਾਰ ਆ, ਕਦੋਂ ਕਰਨੀ ਆ? ਸੋਰੀ ਡਾਰਲਿੰਗ, ਐਕਚੁਅਲੀ ਆਮ ਵੈਰੀ ਬਿਜ਼ੀ ਬਿਜ਼ੀ, ਮੇਰੀ ਕੈਨੇਡਾ ਵਿੱਚ ਬੜੀ ਅੱਛੀ ਜੋਬ ਹੈ, ਮੇਰੇ ਲਈ ਉਹਨੂੰ ਛੱਡਣਾ ਬੜਾ ਮੁਸ਼ਕਿਲ ਹੈ। ਨਾ 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 ਜੀ, ਜੋਬ ਨਹੀਂ ਛੱਡਣੀ, ਉਸ ਨਾਲ ਤਾਂ ਮੇਰਾ ਗੁਜ਼ਾਰਾ ਹੋਣਾ। ਮੇਨ ਮਤਲਬ ਕੰਮ ਨਹੀਂ ਛੱਡਣਾ ਯਾਰ, ਨੇ ਨਹੀਂ ਛੱਡਣਾ। ਤੇ ਫਿਰ ਕਦੋਂ ਆਉਂਗੇ ਵਾਪਸ? ਮੈਂ 2 ਸਾਲ ਬਾਅਦ ਆਵਾਂਗੀ, ਧੂਮ ਧਾਮ ਨਾਲ ਸ਼ਾਦੀ ਕਰਾਂਗੇ। ਚਾਹ ਪੀਓ, ਸਿਪ ਸਿਪ ਕਰਕੇ, ਗਿੱਟ ਗਿੱਟ ਕਰਕੇ ਪੀਜੋ, ਪੀਓ ਪੀਓ ਪੀਓ। ਹਾਂ, ਤੇ ਫਿਰ ਗਿੱਟ ਮਿੱਟ ਕਰਕੇ ਆਪਾਂ ਸ਼ਾਦੀ ਕਰ ਲਾਂਗੇ। ਕਿਉਂਕਿ ਸੰਤੀ ਗਲਤੀ ਦੇ ਨਾਲ ਨਾ ਮੈਥੋਂ ਉਹਨੂੰ ਪੁੜੀ ਨੰਬਰ 2 ਦਿੱਤੀ ਗਈ। ਪੁੜੀ ਨੰਬਰ 1 ਤਾਂ ਸੰਤੀ ਮੇਰੇ ਗੀਜੇ ਚ ਰਹਿ ਗਈ। ਮੈਂ ਜਿਹੜੀ ਹੁਣ ਘਰ ਵਾਲੀ ਉਹ ਠੀਕ ਠਾਕ ਰਹਿੰਦੀ ਆ, ਕੀ ਹਾਲ ਚਾਲ ਆ ਉਹਦਾ? ਠੀਕ ਠਾਕ ਕਾਹਦੀ ਬਣਦੀ ਆ ਸੰਤੀ, ਉਹਨੂੰ ਤਾਂ ਖਾਣ ਵਾਲੀ ਉਹਨੂੰ ਵਿਹਲ ਮਿਲਦਾ। ਅੱਛਾ, ਸਵੇਰੇ ਦੁਪਹਿਰੇ ਰਾਤ ਨੂੰ ਸਾਰੀ ਦਿਹਾੜੀ ਖਾਂਦੀ ਰਹਿੰਦੀ ਆ, ਮਾੜੀ ਮੱਝ ਜਿੱਦਾਂ ਤਾਂ ਉਹ ਅੰਨ ਖਾ ਜਾਂਦੀ ਆ। ਮੈਂ ਵੀ ਸੁਣਿਆ ਕਹਿੰਦੇ ਬਹੁਤ ਮੋਟੀ ਆ। ਮੋਟੀ ਅਰਗੀ ਮੋਟੀ ਸੰਤੀ, ਸਵੇਰ ਤੋਂ ਲੈ ਕੇ ਮੰਜੇ ਤੇ ਬਹਿ ਜਾਂਦੇ, ਸਾਰੀ ਦਿਹਾੜੀ ਸੂਕਦੀ ਰਹਿੰਦੀ ਆ। ਆ ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਸੁਣ ਲਾ। ਕੀ ਗੱਲ? ਰਾਤ ਨੂੰ ਕਿਤੇ ਨਾ ਮੰਜੇ ਤੋਂ ਦਰਾਮ ਕਰਕੇ ਥੱਲੇ ਜਾ ਡਿੱਗੀ। ਮੈਂ ਤਾਂ ਸੁੱਤਾ ਪਿਆ ਸੀ, ਉਹ ਡਿੱਗਣ ਦੀ ਆਵਾਜ਼ ਹੀ ਮੇਰੀ ਵੀ ਅੱਖ ਖੋਲੀ। ਮੈਂ ਕਿਹਾ ਜੀ ਸੁਣਦੇ ਆ ਕੀ ਹੋ ਗਿਆ, ਪਛਾੜ ਆ ਗਿਆ ਮੇਰੇ। ਉਹ ਪਛਾੜ ਤਾਂ ਆ ਗਿਆ, ਪਰ ਤੂੰ ਪਛਾੜ ਆਉਣਾ ਡਿੱਗੀ ਨਾ, ਤੇਰੇ ਡਿੱਗਣ ਨਾਲ ਪਛਾੜ ਆਇਆ। ਵੇ ਪਿੰਡ 'ਚ ਤਾਂ ਕਹਿੰਦੇ ਹੋਰ ਹੀ ਰੌਲਾ ਪਿਆ ਹੋਇਆ। ਕਾਹਦਾ? ਤੇਰੀ ਚਾਚੀ ਮੁੰਡਾ ਕਹਿੰਦੇ ਤੇਰੀ ਤੂੰ ਤੂੰ ਮੈਂ ਮੈਂ ਹੋ ਗਈ। ਓਹੋ, ਉਹ ਤੂੰ ਤੂੰ ਮੈਂ ਵਾਲੀ ਲੈ ਗੱਲ ਸੁਣ ਲਾ। ਇਹ ਨਾ ਦਾਰੂ ਨੇ ਪਿਟਣੇ ਪਾਏ ਹੋਏ ਆ, ਮੈਥੋਂ ਨਾ ਕਿਤੇ ਮੈਂ ਨਸ਼ੇ ਦੀ ਬਾਤ ਘਾੜ 'ਚ ਕਿਤੇ ਦਾਰੂ ਮੈਂ ਵੱਧ ਪੀ ਬੈਠਾ। ਅੱਛਾ, ਉਹ ਮੈਂ ਕਿਤੇ ਚਾਚੇ ਦੇ ਮੁੰਡੇ ਦੇ ਘਰ ਵਾਲੀ, ਉਹ ਲੱਗਦੀ ਤਾਂ ਮੇਰੀ ਭਰਜਾਈ ਆ। ਆਹੋ ਅਮਲੀ ਆ, ਮੈਂ ਕਿਤੇ ਖਾਧੀ ਪੀਤੀ ਦੇ ਵਿੱਚ ਨਾ ਸੰਤੀ ਕੰਨ ਕਰ, ਮੈਂ ਉਹਨੂੰ ਨਾ ਇਲੂ ਇਲੂ ਕਹਿ ਬੈਠਾ। ਭਾਬੀ ਇਲੂ ਇਲੂ। ਛੜਿਆਂ ਦਾ ਹੁੰਦਾ ਅੱਡ ਦੁਨੀਆਂ ਤੁਰਾਨੀ, ਰੱਬ ਜੇ ਪਵਾ ਦੇ ਕਿਸ ਤੀਵੀ ਨਾਲ ਵਾਰੀ। ਛੱਡ ਦੂ ਸ਼ਕੀਨੀ ਮੈਂ ਸ਼ਕੀਨੀ ਤੋਂ ਕੀ ਲੈਣਾ, ਛੱਡ ਦੂ ਸ਼ਕੀਨੀ ਮੈਂ ਸ਼ਕੀਨੀ ਤੋਂ ਕੀ ਲੈਣਾ, ਹਾਲ ਤਿੱਕੜ ਦੁਪਹਿਰੇ ਵੀ ਮੈਂ ਪਾਉਣ ਲੱਗ ਪਾਉਣ ਲੱਗ ਪਾਉ। ਇਲੂ ਇਲੂ ਕਹਿ ਦੇ ਨੀ ਤੂੰ ਛੜੇ ਜੇਠ ਨੂੰ, ਪੰਡ ਤੇਰੇ ਨਾਲ ਭਾਬੀਏ ਮਜਾਉਣ ਲੱਗ ਪਾਉ। ਇਲੂ ਇਲੂ ਕਹਿ ਦੇ ਨੀ ਤੂੰ ਛੜੇ ਜੇਠ ਨੂੰ, ਪੰਡ ਤੇਰੇ ਨਾਲ ਭਾਬੀਏ ਮਜਾਉਣ ਲੱਗ ਪਾਉ।
ਰੁਪਿਆ ਤੇ 800 ਕਮਾਇਆ ਨੀ ਗੁੱਗੂ ਗਿੱਲ ਵਾਂਗੂ ਰੱਖਾ ਚਾਦਰਾ ਮੈਂ ਲਾ ਕੇ ਟੋਰਾ ਮਾਣਕ ਦੇ ਵਾਂਗ ਮੈਂ ਸਜਾਇਆ ਨੀ ਗੁੱਗੂ ਗਿੱਲ ਵਾਂਗੂ ਰੱਖਾ ਚਾਦਰਾ ਮੈਂ ਲਾ ਕੇ ਟੋਰਾ ਮਾਣਕ ਦੇ ਵਾਂਗ ਮੈਂ ਸਜਾਇਆ ਨੀ ਪਾਰ ਵਾਲੇ ਮੇਲੇ ਵਿੱਚੋਂ ਲੈ ਕੇ ਇੱਕ ਤੂੰਬੀ ਪਾਰ ਵਾਲੇ ਮੇਲੇ ਵਿੱਚੋਂ ਲੈ ਕੇ ਇੱਕ ਤੂੰਬੀ ਵਾਂਗ ਮਾਣਕ ਦੇ ਗਲੀਆਂ ਮੈਂ ਗਾਉਣ ਲੱਗ ਪਊਂ ਗਾਉਣ ਲੱਗ ਪਊਂ ਇਲੂ ਇਲੂ ਕਹਿਦੇ ਨੀ ਤੂੰ ਛੜੇ ਰੇਟ ਨੂੰ ਪੰਡ ਤੇਰੇ ਨਾਲ ਭਾਬੀਏ ਮਚਾਉਣ ਲੱਗ ਪਊਂ ਇਲੂ ਇਲੂ ਕਹਿਦੇ ਨੀ ਤੂੰ ਛੜੇ ਰੇਟ ਨੂੰ ਪੰਡ ਤੇਰੇ ਨਾਲ ਭਾਬੀਏ ਮਚਾਉਣ ਲੱਗ ਪਊਂ ਪੀਟਰੀ ਦੇ ਉੱਤੇ ਪੂਰਾ 3500 ਲਾਇਆ ਗੇੜਾ ਵੇਲੀ ਜੱਟ ਪਿੰਡ ਤੋਂ ਦੀ ਮਾਰਦਾ ਸਕੂਟਰੀ ਦੇ ਉੱਤੇ ਪੂਰਾ 3500 ਲਾਇਆ ਗੇੜਾ ਵੇਲੀ ਜੱਟ ਪਿੰਡ ਤੋਂ ਦੀ ਮਾਰਦਾ ਸਾਜਲੀ ਦੇ ਪਿੰਡ ਦੀ ਮੈਂ ਲੈਣੀ ਸੁਰਪੰਚੀ ਸਾਜਲੀ ਦੇ ਪਿੰਡ ਦੀ ਮੈਂ ਲੈਣੀ ਸੁਰਪੰਚੀ ਵੇਖੀ ਵੱਡੇ ਵੱਡੇ ਫੈਸਲੇ ਕਰਾਉਣ ਲੱਗ ਪਊਂ ਇਲੂ ਇਲੂ ਕਹਿਦੇ ਨੀ ਤੂੰ ਛੜੇ ਰੇਟ ਨੂੰ ਪੰਡ ਤੇਰੇ ਨਾਲ ਭਾਬੀਏ ਮਚਾਉਣ ਲੱਗ ਪਊਂ ਹੱਥ ਵਿੱਚ ਰੱਖੇ ਸਦਾ ਸ਼ੀਸ਼ਾ ਮੋਚੇ ਨਾ ਹੋਰਾ ਕੰਮ ਦਾ ਨਾ ਕਰਦਾ ਫਿਕਰ ਭਾਈ ਜੀ ਇਲੂ ਇਲੂ ਕਹਿਦੇ ਨੀ ਤੂੰ ਛੜੇ ਰੇਟ ਨੂੰ ਪੰਡ ਤੇਰੇ ਨਾਲ ਭਾਬੀਏ ਮਚਾਉਣ ਲੱਗ ਪਊਂ ਹੱਥ ਵਿੱਚ ਰੱਖੇ ਸਦਾ ਸ਼ੀਸ਼ਾ ਮੋਚੇ ਨਾ ਹੋਰਾ ਕੰਮ ਦਾ ਨਾ ਕਰਦਾ ਫਿਕਰ ਭਾਈ ਜੀ ਇਲੂ ਇਲੂ ਕਹਿਦੇ ਨੀ ਤੂੰ ਛੜੇ ਰੇਟ ਨੂੰ ਪੰਡ ਤੇਰੇ ਨਾਲ ਭਾਬੀਏ ਮਚਾਉਣ ਲੱਗ ਪਊਂ ਬਦਲ ਗਿਆ ਮੇਰੇ ਯਾਰ ਬਜਨਾ ਬਦਲ ਗਿਆ ਹਰ ਰੋਜ਼ ਸਵੇਰੇ ਆ ਕੇ ਪਹਿਲਾਂ ਆਪਦੀ ਚੈਕਿੰਗ ਕਰਵਾਉਣਾ ਜੇ ਮੈਂ ਆਪ ਨੀ ਠੀਕ ਹੋਊਂਗਾ ਮੈਂ ਮਰੀਜ਼ਾਂ ਨੂੰ ਕੀ ਠੀਕ ਕਰੂੰਗਾ ਇਹਨੂੰ ਕਹਿੰਦੇ ਨਸ਼ਾ ਛਡਾਓ ਕੇਂਦਰ ਮੈਂ ਕਿੰਨੀ ਵਾਰੀ ਗਿਆ ਮੇਰੇ ਕੋਲ ਨਸ਼ਾ ਕਰਕੇ ਨਾ ਉਹ ਜਾਓ ਕੁੜੀਓ ਤੁਸੀਂ ਕੋਈ ਹੋਰ ਵੀ ਮਰੀਜ਼ ਦੇਖ ਲਓ ਹੁਣ ਮੈਨੂੰ ਚੈੱਕ ਕਰੀ ਜਾਂਦੇ ਆ ਵੇ ਭਜਨਿਆ ਕੀ ਹੋ ਗਿਆ ਮੈਂ ਤਾਂ ਕਿਤੇ ਉਹੀ ਮਰੀਜ਼ ਮੁੜ ਆਇਆ ਸੀ ਆ ਜਾ ਆ ਚੱਲ ਛੱਡ ਹੋਰ ਗੱਲਾਂ ਦੀਆਂ ਗੱਲਾਂ ਲੱਗਦਾ ਭਜਨਿਆ ਜਵਾਂ ਹੀ MBBS ਡਾਕਟਰ ਆ ਜੇ MBBS ਨਹੀਂ ਹੈ ਤਾਂ ਫਿਰ ਕੀ ਉਹਦਾ ਲੱਗਦੇ ਤਾਂ ਹੈ ਨਾ ਬਹਿ ਜਾ ਆ ਤਾਂ ਨਹੀਂ ਹੀ ਮੈਨੂੰ ਕੱਲ ਪਰਸੋਂ ਦੀ ਤਲਖੀਬ ਜੀ ਹੋਈ ਹੋਈ ਆ ਕਾਫੀ ਵੇ ਭਜਨਿਆ ਤੇਰਾ ਕਲੀਨਿਕ ਚੱਲਦਾ ਕਿਵੇਂ ਆ ਚੱਲਦਾ ਤਾਂ ਬੱਲੇ ਬੱਲੇ ਹੋਈ ਪਈ ਆ ਸੰਤੀਏ ਮੈਂ ਕਿਹਾ ਚੱਲਦਾ ਕੀ ਮਰੀਜ਼ ਤੇ ਮਰੀਜ਼ ਚੜੇ ਪਏ ਰਹਿੰਦੇ ਚੱਲਦਾ ਕਾਹਨੂੰ ਇਹ ਤਾਂ ਭੱਜਦਾ ਵਾ ਤੂੰ ਹੁਣੇ ਦੇਖਿਆ ਸੀ ਭੱਜਦਾ ਕਿਵੇਂ ਸੀ ਵੇ ਗੱਲ ਸੁਣ ਤੇਰਾ ਕਲੀਨਿਕ ਹੈ ਕਿੰਨੇ ਕੁ ਬਿੱਡਾਂ ਦਾ ਹੈ ਤਾਂ ਸੰਤੀ 2 ਕੁ ਬਿੱਡ ਦਾ 2 ਕੁ ਬਿੱਡਾਂ ਦਾ ਪਰ ਮਰੀਜ਼ ਜਿਹੜੇ ਆਉਂਦੇ ਨਾ ਉਹ ਆਪੋ ਆਪਣਾ ਬਿੱਡ ਘਰੋਂ ਚੱਕ ਲੈਂਦੇ ਵੇ ਹੋਰ ਗੱਲਾਂ ਦੀਆਂ ਗੱਲਾਂ ਅਮਲੀਆ
ਪੂਰੇ ਇਲਾਕੇ ਤੇਰੀ ਚਰਚਾ ਬੜੀ ਹੈ। ਅੱਛਾ ਹਾਂ, ਕਹਿੰਦੇ ਬੜੇ ਸਫਲ ਤੋਂ ਆਪਰੇਸ਼ਨ ਕਰਦਾ ਹੈ। ਲੈ ਆਪਰੇਸ਼ਨ ਤਾਂ ਸੰਤੀ ਸਫਲ ਹੋਣਗੇ ਜਦੋਂ ਮੈਂ ਆਪਰੇਸ਼ਨ ਕਰਦਾ ਬਹੁਤ ਵਧੀਆ ਢੰਗ ਨਾਲ। ਅੱਛਾ ਮੈਂ ਬੜੀ ਜ਼ਿੰਮੇਵਾਰੀ ਨਾਲ ਆਪਰੇਸ਼ਨ ਕਰਦਾ। ਅੱਛਾ ਹੁਣ ਅਕਸਰ ਦੇਖਿਆ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਡਾਕਟਰ ਅਣਗਹਿਲੀ ਬੜੀ ਕਰਦੇ ਵੀ। ਆਹੋ ਅਮਲੀਆ ਹੁਣ ਪਿੱਛੇ ਜੀ ਤੂੰ ਦੇਖਿਆ ਕਈ ਡਾਕਟਰ ਲਾਪਰਵਾਹੀ ਵਰਤਦੇ ਆ, ਕੋਈ ਵਿੱਚ ਤੌਲੀਆ ਛੱਡ ਦਿੰਦਾ, ਪਰ ਮੈਥੋਂ ਇਹੋ ਜਿਹੀ ਗਲਤੀ ਕਦੇ ਨੀ ਹੋਈ ਸੀ, ਬਸ ਇੱਕੋ ਵਾਰੀ ਹੋਈ ਸੀ। ਕਿਵੇਂ? ਉਦੋਂ ਵਿੱਚ ਕਿਤੇ ਢਿੱਡ ਦੇ ਵਿੱਚ ਮੋਬਾਈਲ ਰਹਿ ਗਿਆ। ਮੋਬਾਈਲ? ਆ ਫਿਰ ਮੈਂ ਪਰ ਦੁਬਾਰਾ ਚੀੜ ਫਾੜ ਨਹੀਂ ਕੀਤੀ। ਕਿਉਂ? ਉਹ ਮੈਂ ਕਿਹਾ ਵਿੱਚੇ ਪਿਆ ਰਹਿਣ ਦਿਓ। ਵੀ ਕੀ ਗੱਲ? ਤੇਰੇ ਕੋਲੇ ਗੱਲ ਆ, ਉਹਦੀ ਵੈਲਿਡਿਟੀ ਖਤਮ ਹੋ ਗਈ ਸੀ, ਮੈਂ ਕਿਹਾ 1000 ਰੁਪਏ ਦਾ ਸੈੱਟ ਆ ਪਿਆ ਰਹਿਣ ਦਿਓ। ਚੱਲ ਛੱਡ, ਆਹ ਗਾਮੇ ਦਾ ਪਿਓ ਕਹਿੰਦੇ ਬੜਾ ਬਿਮਾਰ ਸੀ ਵਿਚਾਰਾ, ਸਾਰੇ ਡਾਕਟਰ ਨੇ ਜਵਾਬ ਦੇਤਾ ਸੀ, ਤੂੰ ਹੀ ਉਹਦਾ ਆਪਰੇਸ਼ਨ ਕੀਤਾ। ਨਹੀਂ ਕੀਤਾ, ਔਰ ਜੈਤੋ ਵਾਲੇ ਤਾਰੀ ਨੇ ਕਰਨਾ ਸੀ। ਵੇ ਕਮਲਿਆ, ਉਹਨ ਬਿਮਾਰੀ ਕੀ ਸੀ? ਬਿਮਾਰੀ ਇਹ ਸੀ ਸੰਤੀ, ਇਹ ਬੀੜਾ ਬਹਿ ਗਿਆ ਇੱਕ ਤਾਂ 60 ਲੀਟਰ। ਸੱਚੀ ਗੱਲ ਆ ਭਜਣਿਆ, ਇਹ ਸਾਡੇ ਨੌਜਵਾਨ ਪੀੜ੍ਹੀ ਬਾਰੇ ਨਾ ਇਹਨਾਂ ਨੇ ਕੁਛ ਨੀ ਸੋਚਿਆ, ਜਦੋਂ ਇਲੈਕਸ਼ਨਾਂ ਦੇ ਦਿਨਾਂ ਚ ਸੰਤੀ ਇੱਥੇ ਕੀ ਨਸ਼ੇ ਨੀ ਚੱਲਦੇ। ਹਾਂ, ਹੀਮ, ਡੋਡੇ, ਸ਼ਰਾਬ, ਕੈਪਸੂਲ, ਭੁੱਕੀ। ਮੈਂ ਕਿਹਾ ਭੁੱਕੀ, ਇਹ ਸਾਡੇ ਨੌਜਵਾਨ ਪੀੜ੍ਹੀ ਦਾ ਇਹਨਾਂ ਨੇ ਬੇੜਾ ਗਰਕ ਕਰਤਾ। ਉਹ ਕਿਤੇ ਇਹ ਸੀ ਵੀ ਉਹਨੂੰ ਨਾ ਸੰਤੀ ਇਹ ਦਾਰੂ ਜ਼ਿਆਦਾ ਪੀਣ ਕਰਕੇ ਨਾ ਉਹਦਾ ਗੁਰਦਾ ਸੁੱਕਦਾ ਸੀ। No worries, no tension, I am Dr. Pajanamli, MBBS, MD, follow me. ਇਹਦੇ ਗੋਡੇ ਤੇ ਬੈਠ। ਮੈਂ ਕਿਹਾ ਚੰਗਾ ਠੀਕ ਹੈ। ਅਰੇ ਬੇਹੋਸ਼ੀ ਦਾ ਟੀਕਾ ਲਾਤਾ ਨਾ ਇਹਦੇ? ਹਾਂਜੀ ਲਾਤਾ ਜੀ। ਲਾਤਾ ਨਾ ਇਹਦੇ? ਹਾਂਜੀ। ਇਹਦੇ ਲੈ? ਨਹੀਂ ਸਰ, ਇਹਦਾ ਭੁਲੇਖ ਨਾਲ ਦੂਸਰੇ ਮਰੀਜ਼ ਦੇ ਲੱਗ ਗਈ। ਅੰਦਰ ਫਟੇ ਮੈਂ ਭੂਤ ਨਹੀਂ ਦੇ ਲਿਆ, ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਦੇਖੋ ਇਹਦਾ ਆਪਰੇਸ਼ਨ ਕਰਨ ਦਾ ਟੀਕਾ ਹੋਰ ਦੇ ਲਿਆ ਜਾਣ। ਵੈਸੇ ਗੱਲ ਸੁਣੋ, ਹਾਂਜੀ, ਟੀਕੇ ਦੇ ਪੈਸੇ ਕਾਹਨੂੰ ਖਰਾਬ ਕਰਨਾ ਹੈ, ਤਾਂ ਵੈਸੇ ਵੀ ਹੋ ਚੀਰ ਫਾੜ ਕਰ। ਕੱਢੋ ਇਹਦਾ ਗੁਰਦਾ, ਕੱਢੋ ਲਓ ਜੀ, ਚੰਗੇ ਤਰ੍ਹਾਂ ਕੱਢ ਲਓ ਜੀ, ਖਿੱਚੋ 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 ਜੀ, ਫੇਰ ਨਾ ਕੋਲ ਹੋਏ। ਮੈਂ ਕਹਿੰਦਾ ਬੰਦਾ ਇਹ ਤੁਰਿਆ ਕਿਵੇਂ ਫਿਰਦਾ ਵਾ, ਗੁਰਦੇ ਚ ਤਾਂ ਸਾਰਾ ਇਹਦਾ ਪਾਣੀ ਖਤਮ ਹੋਇਆ ਫਿਰਦਾ ਵਾ। ਹੈਂ, ਮੈਂ ਕਹਿੰਦਾ ਐਂ ਕਰ ਕੁੜੀਏ, ਗੁਰਦਾ ਪਤਾ ਕੀ, ਗੁਰਦੇ ਦੀ ਹਾਲਤ ਬਹੁਤ ਜ਼ਿਆਦਾ ਡਾਕਟਰ ਮਾੜੀ ਹੈ, ਗੁਰਦੇ ਨੂੰ ਥੋੜ੍ਹਾ ਜਿਹਾ ਸੇਕ ਲਵਾਉਣਾ ਪੈਣਾ ਤਾਂ ਕਿ ਥੋੜ੍ਹਾ ਜਿਹਾ ਅੱਠਰ ਜਾ ਜਾਵੇ। ਐਂ ਕਰ ਕੁੜੀ, ਕੋਠੇ 'ਤੇ ਜਾ ਕੇ ਸੁੱਕਣਾ ਪਾ ਕੇ ਜਾ। ਤੇ ਉੱਥੇ ਦੇਖਿਆ ਸੰਤੀ ਕਾਂ ਆਇਆ ਗੁਰਦਾ ਲੈ ਕੇ ਉੱਡ ਗਿਆ। ਨਹੀਂ ਮੈਂ ਮਰ ਜਾ। ਫਿਰ ਕੀ, ਕੁੜੀ ਨੇ ਆ ਕੇ ਜਦੋਂ ਮੈਨੂੰ ਦੱਸਿਆ ਭਗਦੜ ਮੱਚ ਗਈ। ਕਾਂ ਲੈ ਗਿਆ? ਗੱਲ ਸੁਣੋ, ਜੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਆਪਣੇ ਕਲੀਨਿਕ ਦੀ ਬਦਨਾਮੀ ਬਹੁਤ ਹੋ ਜਾਂਦੀ। ਕੁੜੀਏ ਇਹਦੇ 'ਚ ਦੇ, ਆ ਡੱਬੇ 'ਚ ਕੀ ਹੈ? ਛੇਤੀ ਘੰਟਾ ਬੱਚੇ ਦੇ ਕੀ ਹੈ? ਸੇਵਾ ਸੁਭਾ ਕਰ ਲੋ, ਬਾਕੀ ਜਿਹੜਾ ਕੰਮ ਆ ਮੈਂ ਬੜਾ ਤਸੱਲੀ ਬਖਸ਼ ਕੀਤਾ, ਪਲੀਜ਼ ਫਾਲੋ ਮੀ। ਭੰਗੜੇ ਦੀ ਗੱਲ ਛੱਡ, ਕੱਲ ਸੁਣ, ਤੂੰ ਠੀਕ ਆ ਤੂੰ? ਹਾਂਜੀ, ਮੈਂ ਤਾਂ ਤੁਹਾਡੇ ਵਾਸਤੇ ਮਠਿਆਈ ਦਾ ਡੱਬਾ ਲੈ ਕੇ ਆਉਣਾ ਸੀ ਡਾਕਟਰ ਸਾਹਿਬ। ਕਿਉਂ? ਉਹ ਮੇਰੇ ਲਈ ਤਾਂ ਤੁਸੀਂ ਰੱਬਮਾਨ ਬੋੜੇ ਹੋ। ਇਹਨਾਂ ਗੱਲ ਸੁਣ, ਤੇਰੇ ਗੁਰਦੇ ਦਾ ਕੀ ਹਾਲ? ਗੁਰਦੇ ਦਾ ਕੀ ਪੁੱਛਦੇ ਹੋ ਜੀ, ਆ ਗੁਰਦਾ ਤਾਂ ਹੁਣ ਭੁੱਕਾ ਕੱਢੀ ਖੜਾ। ਵੇ ਅਮਲੀਆ, ਮੈਂ ਤੇ ਹੋਰ ਵੀ ਸੁਣਿਆ ਸੀ, ਕਹਿੰਦੇ ਨੇਕ ਮਿਸਤਰੀ ਨੂੰ ਤਾਂ ਵੀ ਤੁਸੀਂ ਇਲਾਜ ਕੀਤਾ ਸੀ। ਉਹ ਤਾਂ ਸੰਤੀ ਨੂੰ ਬਿਮਾਰੀ ਬੜੀ ਭੈੜੀ ਸੀ। ਬਿਮਾਰੀ ਕੀ ਸੀ? ਬਿਮਾਰੀ ਇਹ ਸੀ ਸੰਤੀ, ਉਹ ਕੁੜੀ ਦੇ ਮੂੰਹ ਤੇ ਨਾਲ ਲਕੀਰਾਂ ਪੈਣਾ ਨਹੀਂ ਸੀ ਹਟਦੀਆਂ।
ਅੱਛਾ ਜਦੋਂ ਤਾਂ ਹਸਪਤਾਲ ਦੇ ਵਿੱਚ ਐਡਮਿਟ ਰਹਿੰਦੀ ਸੀ ਰਾਤ ਨੂੰ ਕਲੀਨਿਕ ਤੇ ਐਡਮਿਟ ਰਹਿੰਦੀ ਸੀ ਹਾਂ ਉਦੋਂ ਤਾਂ ਠੀਕ ਸੀ ਜਦੋਂ ਉਹਨੇ ਘਰੇ ਜਾਣਾ ਸਵੇਰ ਨੂੰ ਫੇਰ ਉਹਦੇ ਮੂੰਹ ਤੇ ਲਕੀਰਾਂ ਪੈਣ ਲੱਗ ਜਾਂਦੀ ਇਹ ਕਿਹੜੀ ਅਜੀਬੋ ਗਰੀਬ ਬਿਮਾਰੀ ਹੈ ਮੈਂ ਕਿਹਾ ਸੰਤੀ ਮੈਂ ਪਹਿਲੀ ਬਿਮਾਰੀ ਦੇਖੀ ਇੰਨੀ ਗੁੰਝਲਦਾਰ ਬਿਮਾਰੀ ਜੇ ਤਾਂ ਕਹਿੰਦੇ ਇਹ ਕੋਈ ਓਪਰੀ ਕਸਰ ਹੋਵੇ ਫੇਰ ਤਾਂ ਸਰੀਰ ਨੀਲਾ ਪੈ ਜਾਂਦਾ ਆ ਜਾਂ ਮੂੰਹ ਦੇ ਆਹ ਪਲਕਰੀਆਂ ਜੀਆਂ ਕੀ ਕਹਿੰਦੇ ਹੁੰਦੇ ਆ ਹਾਂ ਹਾਂ ਉਹ ਹੋ ਜਾਂਦੀਆਂ ਨੇ ਇਹ ਕਿਹੜੀ ਬਿਮਾਰੀ ਭਜਣਿਆ ਮੈਂ ਕਿਹਾ ਸ਼ਾਂਤੀ ਉਹਨੂੰ ਚੰਡੀਗੜ੍ਹ ਤੋਂ ਉਹਨੂੰ ਜਵਾਬ ਦਿੱਤਾ ਕੋਈ ਡਾਕਟਰ ਨਹੀਂ ਉਹਨਾਂ ਨੇ ਛੱਡਿਆ ਕੋਈ ਸਿਆਣਾ ਨਹੀਂ ਛੱਡਿਆ ਕੋਈ ਪੰਡਤ ਨਹੀਂ ਛੱਡਿਆ ਓਹੋ ਹੋ 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 ਬੜੀ ਨਾਮਰਾਦ ਬਿਮਾਰੀ ਆ ਅੱਛਾ ਮੈਨੂੰ ਇਹ ਦੱਸੋ ਵੀ ਕਾਕੀ ਦੇ ਵਿਆਹ ਤੋਂ ਪਹਿਲਾਂ ਵੀ ਇਹ ਕੰਮ ਹੁੰਦਾ ਸੀਗਾ ਬਿਮਾਰੀ ਸੀਗੀ ਜਾਂ ਬਾਅਦ 'ਚ ਹੀ ਆ ਡਾਕਟਰ ਸਾਹਿਬ ਵਿਆਹ ਤੋਂ ਪਹਿਲਾਂ ਬਿਲਕੁਲ ਠੀਕ ਸੀ ਅੱਛਾ ਕਿੰਨੇ ਕੁ ਦਿਨ ਹੋ ਗਏ ਵਿਆਹ ਹੋਏ ਨੂੰ 15 ਦਿਨ ਡਾਕਟਰ ਸਾਹਿਬ ਅੱਛਾ 15 ਦਿਨ ਤੋਂ ਪਹਿਲਾਂ ਨਹੀਂ ਸੀ ਲਿਖੀ ਨਾ ਨਹੀਂ ਨਾ ਜੀ ਅੱਛਾ ਅੱਛਾ ਤੇ ਇਹ ਦੱਸੋ ਵੀ ਲੜਕੀ ਦੇ ਘਰ ਵਾਲਾ ਕੀ ਕੰਮ ਕਰਦਾ ਡਾਕਟਰ ਸਾਹਿਬ ਲੜਕੀ ਦੇ ਘਰ ਵਾਲਾ ਜੋੜੀਆਂ ਤੇ ਦਰਵਾਜ਼ਿਆਂ ਦਾ ਕੰਮ ਕਰਦਾ ਓਏ ਹੋਏ 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 ਡਾਕਟਰ ਸਾਹਿਬ ਸੀਰੀਅਸ ਬਿਮਾਰੀ ਤਾਂ ਨਹੀਂ ਨੋ ਸੀਰੀਅਸ ਨੋ ਸੀਰੀਅਸ ਡੋਨਟ ਟੈਨਸ਼ਨ ਗੱਲ ਸੁਣੋ ਰੁਪਈਆ ਲੱਗੂ 5000 ਉਹ ਡਾਕਟਰ ਸਾਹਿਬ ਸਾਡੇ ਤੋਂ ਭਾਵੇਂ 5 ਦਾ 10000 ਲਓ ਮੇਰੀ ਗੱਲ ਸੁਣੋ ਹਾਂਜੀ ਮੈਂ ਅੱਜ ਰਾਤ ਨੂੰ ਬਿਮਾਰੀ ਤੇ ਰਿਸਰਚ ਕਰਦਾ ਵਾਂ ਕਾਕੀ ਨੂੰ ਘਰੇ ਛੱਡ ਦੋ ਸਵੇਰ ਨੂੰ ਕਾਕੇ ਨੂੰ ਇੱਥੇ ਮੇਰੇ ਕੋਲ ਲੈ ਕੇ ਆਏ ਨਾ ਫਿਰ ਦੂਏ ਦਿਨ ਮੁੰਡੇ ਨੂੰ ਲੈ ਕੇ ਆਏ 10000 ਰੁਪਈਆ ਚੱਕੀ ਫਿਰ ਕਹਿੰਦਾ ਇਹ ਬਿਮਾਰੀ ਤੋਂ ਸਾਡਾ ਖਿਹੜਾ ਛਡਾਓ ਅੱਛਾ ਵੀ ਇਹਨੂੰ ਸੰਤੀ ਜਦੋਂ ਕਾਕਾ ਆਇਆ ਮੈਂ ਉਹਨੂੰ ਚੰਗੀ ਤਰ੍ਹਾਂ ਗੌਰ ਨਾਲ ਦੇਖਿਆ ਹਾਂ ਮੈਂ ਉਹਦੀ ਬਾਂਹ ਫੜ ਕੇ ਕਮਰੇ 'ਚ ਲੈ ਗਈ ਨਾ ਫਿਰ ਅੰਦਰ ਜਾ ਕੇ ਮੁੰਡੇ ਨੂੰ ਤਾਂ ਕੀ ਇਲਾਜ ਦੱਸਿਆ ਉਹ ਮੈਂ ਉਹਨੂੰ ਕੀ ਕਹਿਣਾ ਸੀ ਮੈਂ ਤਾਂ ਇਹੀ ਕਿਹਾ ਸੀ ਮੈਂ ਭੂਤਨੀ ਦਾ ਰਾਤ ਨੂੰ ਪੈਣ ਤੋਂ ਪਹਿਲਾਂ ਕੰਨ 'ਚੋਂ ਪੈਨਸ਼ਨ ਕੱਢ ਲਿਆ ਕਰ ਮੈਂ ਤਾਂ ਸੰਤੀ ਹੁਣ ਡਾਕਟਰੀ ਦੇ ਖੇਤਰ ਦੇ ਵਿੱਚ ਮੇਰਾ ਇੰਨਾ ਜ਼ਿਆਦਾ ਨਾਂ ਹੋ ਗਿਆ ਮੈਂ ਐਡੇ ਵੱਡੇ ਵੱਡੇ ਆਪਰੇਸ਼ਨ ਕੀਤੇ ਜਿਹੜਾ ਕੋਈ ਕਰ ਨਹੀਂ ਸਕਦਾ ਡਾਕਟਰ ਹੁਣ ਤਾਂ ਸੰਤੀ ਇਹ ਮੇਰਾ ਨਾਂ ਨਾ ਪੈਪਸੀ ਬੁੱਕ ਦੇ ਵਿੱਚ ਦਰਜ ਹੋਣ ਨੂੰ ਫਿਰਦਾ ਵੇ ਮਰ ਜਾਣੇ ਕਿਹੜੀ ਪੈਪਸੀ ਬੁੱਕ ਲਿਮਕਾ ਬੁੱਕ ਹੁੰਦੀ ਆ ਆਹੋ ਆਹੋ ਆ ਸੱਚ ਜਿਹੜੇ ਲੈ ਤੂੰ ਕਹਿੰਦੀ ਆ ਹੁਣ ਲੈ ਕੱਲ੍ਹ ਦੀ ਗੱਲ ਸੁਣ ਲਾ ਐਦਾਂ ਕਲੀਨਿਕ ਨਹੀਂ ਚੱਲਣੀ ਆ ਮੈਂ ਤੁਹਾਨੂੰ ਦੱਸਾਂ ਮੈਂ ਕਿੱਡੇ ਕਿੱਡੇ ਆਪਰੇਸ਼ਨ ਕੀਤੇ ਆ ਹੈਂਗ ਲੱਗੇ ਨਾ ਫੜਕੜੀ ਹਿਚਕੀ ਬੰਦ ਹੋ ਗਈ ਕਿ ਨਹੀਂ ਛੱਡੋ ਮਾੜਾ ਜਿਹਾ ਛੱਡੋ ਡਾਕਟਰ ਸਾਹਿਬ ਕੰਨ ਕਰ ਤੈਂ ਮੇਰੇ ਚਪੇੜ ਕਾਤੋਂ ਮਾਰੀ ਹੈ ਹਿਚਕੀ ਮੈਨੂੰ ਨਹੀਂ ਲੱਗੀ ਉਹ ਗੱਡੀ ਮੇਰੀ ਘਰ ਵਾਲੀ ਬੈਠੀ ਆ ਉਹਨੂੰ ਲੱਗੀ ਹੈ ਸੰਤੀ ਮੇਰੇ ਕਲੀਨਿਕ ਤੇ ਨਾ ਤਰ੍ਹਾਂ ਤਰ੍ਹਾਂ ਦੇ ਮਰੀਜ਼ ਆਉਂਦੇ ਆ ਪੇਸ਼ੈਂਟ ਆਉਂਦੇ ਅੱਛਾ ਹੁਣ ਕੱਲ ਦੀ ਤੁਹਾਨੂੰ ਮੈਂ ਗੱਲ ਦੱਸਦਾ ਹਾਂ ਕੱਲ ਮੇਰੇ ਕੋਲ ਇੱਕ ਮਰੀਜ਼ ਆਪਣਾ ਬੇਹੋਸ਼ੀ ਦੀ ਹਾਲਤ 'ਚ ਆ ਗਿਆ ਮੈਂ ਇਹਨੂੰ ਚੰਗੀ ਤਰ੍ਹਾਂ ਟੂਟੀਆਂ ਟਾਟੀਆਂ ਲਾ ਕੇ ਚੈੱਕ ਕੀਤਾ ਗੱਲ ਸੁਣੋ ਬਈ ਹਾਂਜੀ ਇਹਦਾ ਕਰੰਟ ਗਿਆ ਮੁੱਕ ਇਹ ਪਹੁੰਚ ਗਿਆ ਧਰਮਰਾਜ ਕੋਲੇ ਐਂ ਕਰੋ ਇਹਦਾ ਪੋਸਟਮਾਰਟਮ ਕਰਕੇ ਤੇ ਡੈਡ ਬਾਡੀ ਇਹਦੇ ਘਰਦਿਆਂ ਨੂੰ ਭੇਜ ਦਿਓ ਠੀਕ ਹੈ ਹਾਂ ਡਰ ਸਾਹਿਬ ਮੈਂ ਮਰਿਆ ਨਹੀਂ ਮੈਂ ਜਿਉਣਾ ਜੀ ਮਰਿਆ ਨਹੀਂ ਹੈ ਜਦੋਂ ਮੈਂ ਤੈਨੂੰ ਮਰਿਆ ਹੋਇਆ ਡਿਕਲੇਅਰ ਕਰਦਾ ਤੂੰ ਮਰਿਆ ਹੋਇਆ ਚੁੱਪ ਕਰਕੇ ਪੋਸਟਮਾਰਟਮ ਕਰਵਾ ਲਾ ਡਾਕਟਰ ਤੂੰ ਕਹਿੰਦਾ ਮੈਂ ਉਹ ਸੰਤੀ ਸਾਡੀਆਂ ਆਹ ਗੱਲਾਂ ਬਾਤਾਂ ਨਹੀਂ ਸਾਡੇ ਕਾਰਨਾਮੇ ਦੇਖ ਕੇ ਜਿਹੜਾ ਨਾਲ ਦੇ ਮੰਜੇ ਤੇ ਮਰੀਜ਼ ਪਿਆ ਸੀ ਉਹਨੂੰ ਘਬਰਾਹਟ ਹੋ ਗਈ ਭੂਤ ਨਹੀਂ ਦਿਆ ਗੱਲ ਸੁਣੋ ਤੈਨੂੰ ਤਰੇੜੀਆਂ ਆਈਆਂ ਪਈਆਂ ਮੁੜ ਕੇ ਕਦਰੋਨਾ ਡਰ ਸਾਹਿਬ ਦੇਖੇ ਬਈ ਟੀਕਾ ਤਾਂ ਲਾਇਆ ਰੱਬ ਸਬਬ ਵੀ ਭਾਵੇਂ ਬਚ ਜਾਣ ਉਹ ਗੱਲ ਸੁਣ ਇਹਨੂੰ ਰੜਕੀ ਜਾਂਦਾ ਇਹਦੇ ਚੋਂ ਕੀ ਨਿਕਲਣਾ ਵਾ ਪਰ ਮੈਨੂੰ ਯਾਦ ਆ ਗਿਆ ਮੇਰੀ ਗੱਲ ਸੁਣ ਲਓ ਇਹ ਜਿਹੜਾ ਹਸਪਤਾਲ ਦਾ ਇੰਨਾ ਸਮਾਨ ਗੁੰਮ ਹੋਇਆ ਨਾ ਸਾਰਾ ਇਹਦੇ ਵਿੱਚ ਹੀ ਤੋਤਾ ਰਿੰਚ ਨਹੀਂ ਲੱਭਦਾ ਉਨੀ ਬਾਈ ਦੀ ਚਾਬੀ ਵੀ ਗੁੰਮ ਇਹਦੇ ਵਿੱਚ ਹੀ ਅੱਜ ਡਾਕਟਰ ਸਾਹਿਬ ਮੈਨੂੰ ਝੂਠੀਆਂ ਤਸੱਲੀਆਂ ਦੇਵੋ ਮੈਨੂੰ ਪਤਾ ਵਾ ਵੀ ਦਸਾਂ ਦੇ ਵਿੱਚੋਂ ਇੱਕ ਹੀ ਬਚਦਾ ਵਾ ਇਸੇ ਕਰਕੇ ਬੱਲਿਆ ਮੈਂ ਤੈਨੂੰ ਕਹਿ ਰਿਹਾ ਕਿ ਤੇਰੇ ਬਚਣ ਦੇ 100% ਚਾਂਸ ਆ ਉਹ ਕਿਵੇਂ
ਕਿਉਂਕਿ 9 ਮਰੀਜ਼ ਪਹਿਲਾਂ ਹੀ ਮਰ ਚੁੱਕਿਆ ਤੂੰ ਦਸਵਾਂ ਬਦਲ ਗਿਆ ਮੇਰੇ ਯਾਰ ਬਜਨਾ ਬਦਲ ਗਿਆ ਅੱਜ ਕੋਈ ਅਮਲੀ ਦਾ ਡੰਗ ਸਾਰੋ ਹਾਰ ਚ ਪਾਇਆ ਹੋਇਆ ਨਾ ਅੱਜ ਕੋਈ ਅਮਲੀ ਦਾ ਡੰਗ ਸਾਰੋ ਸਾਡੀ ਰਸੂ ਮੈਨੂੰ ਲੱਗਦਾ ਸੀਗਾ ਜਿਹੜਾ ਅੱਜ ਸਾਜੇ ਨਿਕਲ ਮੈਂ ਕਿਹਾ ਥਾਣੇ ਜਾਊਗਾ ਜ਼ਰੂਰ ਹੈਂ ਉਹ ਮੈਂ ਕਿਹਾ ਜਨਾਬ ਦੇਖੋ ਮੈਂ ਕਹਿੰਦਾ ਦੇਖੋ ਜੋ ਮਰਜ਼ੀ ਹੋਵੇ ਦੇਖੋ ਮੈਂ ਮਿਹਨਤ ਵਾਲੀ ਗੱਲ ਆ ਵੀ ਮੈਂ ਕੁਛ ਨਹੀਂ ਕਿਹਾ ਬੱਕਰੀ ਭਾਵੇਂ ਚੁਆਰੇ ਤੇ ਚੜਾ ਲੈ ਭਾਵੇਂ ਉਦੋਂ ਚੁਆਰੇ ਤਾਂ ਭਾਵੇਂ ਚੰਦ ਤੇ ਲੈ ਜਾਏ ਜਨਾਬ ਮੈਨੂੰ ਮਾਫ਼ ਕਰੋ ਵੇ ਭਾਜੀ ਨੇ ਕੀ ਹੋ ਗਿਆ ਕੀ ਹੋਇਆ ਕੁਛ ਨਹੀਂ ਨਾ ਨਾ ਅੱਗੇ ਤੋਂ ਕਦੇ ਕੁਛ ਹੋਇਆ ਕਦੇ ਕੁਛ ਹੋਇਆ ਹੀ ਨਹੀਂ ਕੁਛ ਵੀ ਐ ਮੈਂ ਤਾਂ ਉਹ ਨਹੀਂ ਮੈਂ ਤਾਂ ਥਾਣੇ ਵਾਲਿਆਂ ਨੂੰ ਪੁਲਿਸ ਵਾਲਿਆਂ ਨੂੰ ਮੈਂ ਕਹਿੰਦਾ ਜੂ ਚ ਦੀ ਨਹੀਂ ਲੰਘਣ ਦਿੰਦਾ ਮੈਂ ਤੁਹਾਨੂੰ ਦੱਸ ਲੁਕਿਆ ਕਿਉਂ ਬੈਠਾ ਸੀ ਲੁਕਿਆ ਕਿੱਥੇ ਬੈਠਾ ਇੱਥੇ ਤਾਂ ਮੈਨੂੰ ਲੱਗਦਾ ਸੀ ਵੀ ਜਿਵੇਂ ਟਾਇਰ 'ਚੋਂ ਹਵਾ ਘੱਟ ਆ ਹਵਾ ਠੀਕ ਹੈ ਜਮਾ ਗੱਲ ਸੁਣ ਰੌਲਾ ਸੁਣ ਕੇ ਆਈ ਆ ਵੇ ਬਾਪੂ ਨਾਲ ਸੁੱਖੀ ਸਾਂਦੀ ਕਿਉਂ ਲੜ ਪਿਆ ਧੌਲੀ ਦਾੜੀ ਆ ਸਿਆਣਾ ਬਿਆਣਾ ਵਿਚਾਰਾ ਹੈ ਸਿਆਣਾ ਨਹੀਂ ਉਹ ਹਾਂ ਉਹ ਪੂਰਾ 1 ਨੰਬਰ ਦਾ ਖਚਰਾ ਬੜਾ ਮੈਨੂੰ ਪਤਾ ਉਹਦਾ ਮੈਂ ਤੈਨੂੰ ਦੱਸਾਂ ਐ ਨਹੀਂ ਕਹੀਦਾ ਹੁੰਦਾ ਭਜਨੇ ਆ ਤੂੰ ਹੁਣ ਦੇਖ ਰਹੀ ਆ ਹਾਂ 1 ਮਿੰਟ ਰਿਆ ਇਹਨੂੰ ਦੇਖ ਲੈਣ ਦੇ ਮੜਾ ਜਿਆ ਇੱਥੇ ਜੀ ਹੱਥ ਮੈਂ ਰੱਖਿਆ ਸੀ ਕੁਛ ਇੱਥੇ ਜੀ ਹੋਇਆ ਸੀਗਾ ਇੱਥੇ ਆ ਦੇਖ ਲੈ ਮੈਂ ਤੈਨੂੰ ਦੱਸਾਂ ਹਜੇ ਤੂੰ ਬੁੜੇ ਨੂੰ ਚੰਗਾ ਸਮਝਦੀ ਸੀ ਐਸ ਉਮਰ ਦੇ ਵਿੱਚ ਟਿਊਟਰ ਵਜਾਉਂਦਾ ਮੈਂ ਤੈਨੂੰ ਦੱਸਾਂ ਚੱਲ ਕੋਈ ਗੱਲ ਨਹੀਂ ਐ ਨਹੀਂ ਕਹੀਦਾ ਹੁੰਦਾ ਇਹ ਦੱਸ ਬਾਪੂ ਨਾਲ ਲੜਾਈ ਕਿਉਂ ਹੁੰਦੀ ਘਰ ਵਿੱਚ ਲੜਾਈ ਝਗੜਾ ਨਹੀਂ ਮੈਂ ਤੈਨੂੰ ਦੱਸਦਾ ਬੁੜੇ ਨੂੰ ਸ਼ਾਂਤੀ ਇਹ ਟੀਵੀ ਦੀ ਬਿਮਾਰੀ ਲੱਗ ਗਈ ਹਾਏ ਹਾਏ ਬਾਪੂ ਨੂੰ ਟੀਵੀ ਦੀ ਬਿਮਾਰੀ ਹੋ ਗਈ ਭਜਨਿਆ ਕਿਸੇ ਚੰਗੇ ਦਾਗਦਾਰ ਨੂੰ ਦਿਖਾਓ ਬਾਪੂ ਤਾਂ 4 ਦਿਨ ਦਾ ਪ੍ਰਾਹਣਾ ਉਹ ਕਾਹਨੂੰ ਤੂੰ ਮਾਰੇਗੀ ਹੁਣ ਬਾਪੂ ਨੂੰ ਉਹ ਨਹੀਂ ਸੀ ਮਰਦਾ ਉਹ ਟੀਵੀ ਦੀ ਟੈਲੀਵਿਜ਼ਨ ਦੀ ਬਿਮਾਰੀ ਲੱਗ ਗਈ ਸਵੇਰੇ ਸ਼ਾਮ ਦੁਪਹਿਰੇ ਸਾਰੀ ਦਿਹਾੜੀ ਟੈਲੀਵਿਜ਼ਨ ਦੇ ਮੂਹਰੇ ਬੈਠਾ ਰਹੇ ਸਾਰੀ ਦਿਹਾੜੀ ਮਸ਼ਹੂਰੀਆਂ ਦੇਖਦਾ ਰਹਿੰਦਾ ਬੈਠਾ ਇੱਕ ਤਾਂ ਮਸ਼ਹੂਰੀਆਂ ਦਾ ਬੇੜਾ ਬਹਿ ਗਿਆ ਇਹਨਾਂ ਦਾ ਭਾਵੇਂ ਕਿਸੇ ਚੀਜ਼ ਦੀ ਮਸ਼ਹੂਰੀ ਹੋ ਇਹਨਾਂ ਨੇ ਨਾ ਨੰਗੀਆਂ ਲੱਤਾਂ ਜਨਾਨੀ ਦੇ ਦਿਖਾਉਣੀਆਂ ਜ਼ਰੂਰ ਸੱਚੀ ਗੱਲ ਆ ਭਜਨੇ ਸਾਡੀ ਨੌਜਵਾਨ ਪੀੜ੍ਹੀ ਦਾ ਬੇੜਾ ਕਰ ਕਰ ਤਾਂ ਬੁੜੇ ਵੀ ਠਰਕੀ ਹੋ ਗਈ ਕੀ ਗੱਲ ਹੋ ਗਈ ਉਹ ਇੱਕ ਜਨਾਨੀ ਕਿਤੇ ਟੱਬ ਜੇ ਦੇ ਵਿੱਚ ਨਹਾਉਂਦੀ ਹੈ ਅੱਛਾ ਉਹ ਝੱਗ ਜੀ ਚ ਬੈਠੀ ਰਹਿੰਦੀ ਹੈ ਹੁਣ ਬੁੜਾ ਜਿਉਂ ਬੈਠਦਾ ਟੀਵੀ ਮੂਹਰੇ ਵੀ ਇਹ ਕਦੋਂ ਉੱਠੇ ਟੱਬ ਚੋਂ ਕਦੋਂ ਮੈਂ ਇਹਦਾ ਨੰਗਾ ਪਿੰਡਾ ਦੇਖਾਂ ਇਸੇ ਕੁੱਤੇ ਝੱਗ ਸਾਰੀ ਟੀਵੀ ਮੂਹਰੇ ਬੈਠੀ ਅੱਜ ਤਾਂ ਕੁਛ ਜ਼ਿਆਦਾ ਹੀ ਗਰਮ ਹੋ ਗਿਆ ਸੀ ਪਤਾ ਨਹੀਂ ਬੜਬੜ ਕਰਦਾ ਹੁਣੇ ਬਾਹਰ ਨੂੰ ਗਿਆ ਕੀ ਗੱਲ ਹੋ ਗਈ ਸਾਰੀ ਅੱਜ ਫੇਰ ਨਹੀਂ ਉੱਠੀ ਵੇ ਭਜਨਿਆ ਤੁਹਾਡਾ ਤਾਂ ਜਮਾਂ ਹੀ ਲਾਣਾ ਉੱਤਿਆ ਪਿਆ ਬਾਪੂ ਨੂੰ ਕਿਸੇ ਕੰਮ ਕਾਰ ਤੇ ਲਾ ਉਹ ਕਿੱਥੇ ਕੰਮ ਤੇ ਉਹਨੂੰ ਲਵਾ ਦਿਆਂ ਆ ਉਮਰ ਉਹਦੀ ਹੁਣ ਕਿਤੇ ਕੰਮ ਕਰਨ ਵਾਲੀ ਆ ਨਾਲੇ ਫੌਜ ਦੇ ਵਿੱਚ ਸ਼ਾਂਤੀ ਉਹਨੇ ਬਥੇਰਾ ਕੰਮ ਕੀਤਾ ਆਏ ਦਾ ਹੁਣ ਦੇਖ ਲੈ ਕਿੰਨੀਆਂ ਕਿੰਨੀਆਂ ਕੋਠੀ ਬਣਾਤੀ ਉਹਨੇ ਆਹੋ ਤੇ ਪਰ ਮੈਂ ਦੁਖੀ ਬਹੁਤ ਸੀ ਮੈਂ ਕਿਹਾ ਬਾਪੂ ਐ ਕਰ ਵੀ ਆਹਦਾ ਕੰਮ ਠੀਕ ਨਹੀਂ ਹੈ ਹੁਣ ਇੱਕ ਬੱਕਰੀ ਰੱਖੀ ਹੋਈ ਆ ਸ਼ਾਂਤੀ ਬੱਕਰੀ ਸਾਰੀ ਦਿਹਾੜੀ ਬੱਕਰੀ ਦਾ ਖੇੜਾ ਨਹੀਂ ਛੱਡਦਾ ਧੱਕੇ ਨਾਲ ਮੂੰਹ ਚ ਉਹਦੇ ਬਰਸੀਨ ਪਾਊਗਾ ਪੱਠੇ ਨੂੰ ਵੀ ਜਦੋਂ ਨਹੀਂ ਖਾਂਦੇ ਨਾ ਸੀ ਹੁਣ ਸਾਰਾ ਬੇੜਾ ਭਰਿਆ ਪਿਆ ਮੀਂਗਣਾ ਨਾਲ ਸ਼ਾਂਤੀ ਫਿਰ ਮੈਂ ਕਿਹਾ ਵੀ ਬਾਪੂ ਕੋਈ ਨਾ ਕੋਈ ਕਿਨਾਰਾ ਕਰ ਲਾ ਮੈਂ ਦੁਖੀ ਬਹੁਤ ਉਹ ਬੁੜਿਆ 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 ਮੈਂ ਤੇਰੀ ਬੱਕਰੀ ਤੋਂ ਤੰਗ ਬਹੁਤ ਆ ਇਹਨੂੰ ਕਿਤੇ ਵੇਚ ਦੇ ਮੈਂ ਤੈਨੂੰ ਦੱਸਾਂ ਸਾਰੇ ਵਿਹੜੇ ਦੇ ਵਿੱਚ ਉਹਨੇ ਮੀਂਗੜਾ ਨਾਲ ਨਾ ਗੰਦ ਪਾਇਆ ਪਿਆ ਦੇਖ ਤਾਂ ਬੋਲਦਾ ਦੇਖ ਕਿਵੇਂ ਆ ਜਿਵੇਂ ਇਹਨੇ ਮੈਨੂੰ ਜੰਮਿਆ ਹੁੰਦਾ ਜਾਪਦਾ ਕਿਤੇ ਕਿਨਾਰਾ ਕਰ ਲਾ ਚਾ ਚੁੱਪ ਕਰਕੇ ਚੁਬਾਰੇ 'ਚ ਚਲਿਆ ਜਾ ਚਲਿਆ ਜਾਊਂ ਮੈਂ ਚੁਬਾਰੇ 'ਚ ਬੱਕਰੀ ਨਹੀਂ ਮੈਂ ਛੱਡਣੀ ਬੱਕਰੀ ਤਾਂ ਮੇਰੀ ਜਾਨ ਨਾਲ ਹੀ ਜਾਊਗੀ ਮੈਂ ਤੈਨੂੰ ਦੱਸਾਂ ਰੇ ਬੰਦੀਆਂ ਇਨਕਾ ਲੈ ਕੇ ਫਿਰਦਾ ਰਹਿਣਾ ਜਿਵੇਂ ਮੁਲਕਾਵਾ ਲੈਣਾ ਆ ਮੁਲਕਾਵਾ ਲਿਆਂਦਾ ਸੀ ਇੱਕ ਦਫਾ ਤੇਰੀ ਬੇਬੇ ਦਾ ਜੇ ਹੋਰ ਕਹੇ ਤਾਂ ਹੋਰ ਲੈ ਆਊਂਗਾ ਰੇ ਬੰਦੀਆਂ ਇਨਕਾ ਲਾਵਾਂ ਨਾ 40 ਸਾਲ ਫੌਜ ਦੇ ਵਿੱਚ ਬੜਾ ਕੰਮ ਕੀਤਾ ਗੱਲਾਂ ਮਾਰ ਦੇਖਦਾ ਬਸ ਚੁਬਾਰੇ 'ਚ ਚਲਿਆ ਗਿਆ ਬਾਪੂ ਚੰਗਾ ਹੋਏ ਚੁਬਾਰੇ 'ਤੇ ਚਲਾ ਗਿਆ ਉਹ ਚੰਗਾ ਕੀ ਸਵਾਹ ਆ ਉੱਪਰ ਚੁਬਾਰੇ 'ਚ ਨਾਲ ਬੱਕਰੀ ਲੈ ਗਿਆ ਹੁਣ ਉੱਪਰ ਹੀ ਪੱਠੇ ਪਾਈ ਜਾਂਦਾ ਬੱਕਰੀ ਨੂੰ ਉੱਪਰੀ ਬੱਕਰੀ ਮੀਂਗਣਾ ਕਰੀ ਜਾਂਦੀ ਆ ਹੁਣ ਸਾਰੀ ਕੋਠੀ ਦੇ ਵਿੱਚ ਮੀਂਗਣਾ ਖਿੰਡੀਆਂ ਪਈਆਂ ਆਹੋ ਮੁਸ਼ਕ ਮਾਰਦਾ ਅਲੇ ਪਰਸੋਂ ਦੀ ਗੱਲ ਸੁਣ ਲਾ ਪਹਿਲਾਂ ਬੈਠ ਗਿਆ ਆ ਜਾ ਤੂੰ ਬੈਠ ਆ ਜਾ ਪੇਂਟਿੰਗ ਪੇਂਟਿੰਗ ਤਾਂ ਨਹੀਂ ਕੋਈ ਕਰਾਉਣੀ ਚੱਲ ਵੇ ਐਵੇਂ ਨਾ ਟੀਚਰਾਂ ਕਰੀ ਜਾਇਆ ਕਰ ਆ ਸੰਤੀ ਇਹ ਪਰਸੋਂ ਦੀ ਗੱਲ ਆ
ਭਜਨਿਆ ਮੇਰਾ ਨਾ ਅੱਜ ਕੁਛ ਕਰਾਰਾ ਜਿਹਾ ਖਾਣ ਨੂੰ ਦਿਲ ਕਰਦਾ। ਅੱਛਾ ਬਾਪੂ ਗੱਲ ਸੁਣ ਕੇ ਤਾਂ ਮੈਂ ਸ਼ਹਿਰੋਂ ਲੈ ਕੇ ਆ ਪਕੌੜੇ ਤੇ ਠੰਡੇ ਹੋ ਜਾਣੇ ਬੇਕਾਰ ਹੋ ਜਾਣੇ ਬਤਾਣੇ ਦਾ ਹਾਲ ਵੀ ਉਹੀ ਹੋ ਜੀ ਤਾਂ ਮੈਂ ਤੇ ਰਹਿ ਕੰਮ ਕਰਦਾ ਮੈਂ ਇੱਥੇ ਘਰੇ ਸਾਰਾ ਕੁਛ ਪਿਆ ਵਾ ਲੱਖਾਂ ਘੜੇ ਹੈਗੀ ਕੜਾਹੀ ਤੇ ਮੈਂ ਤੈਨੂੰ ਦੱਸਾਂ ਆ ਪਾਦਾ ਤੇਲ ਐਂ ਕਰ ਹੁਣ ਆ ਬੇਸਣ ਘਰੇ ਪਿਆ ਆਪਣਾ ਤੂੰ ਮਰਜ਼ੀ ਕਰੀ ਚੱਲੇ ਮੈਂ ਤੈਨੂੰ ਦੱਸਾਂ ਸਾਰਾ ਕੰਮ ਤੇਰਾ ਬੰਦੋਬਸਤ ਮੈਂ ਪੂਰਾ ਹੀ ਕਰ ਦਿੰਦਾ ਚੱਲ ਐਂ ਕਰ ਠੀਕ ਆ ਫਿਰ ਇੱਥੋਂ ਮੈਂ ਬਣਾ ਲੈਣਾ ਚੱਲ ਕੋਈ ਗੱਲ ਨਹੀਂ ਆਹੋ ਉਹ ਪੰਜਾਂ ਕੁ ਮਿੰਟਾਂ ਬਾਅਦ ਮੈਨੂੰ ਆਵਾਜ਼ਾਂ ਮਾਰਨ ਲੱਗ ਉਹ ਬਜਣਿਆ ਉਹ ਬਜਣਿਆ ਕੀ ਗੱਲ ਹੋ ਗਈ ਬਾਪੂ ਗੱਲ ਸੁਣ ਪਤਾ ਨਹੀਂ ਤਾਂ ਮੈਨੂੰ ਚੌਂਤੀ ਜੀ ਲੱਗ ਗਈ ਤੇ ਹਜੇ ਮੈਂ ਕੜਾਹੀ ਦੇ ਵਿੱਚ ਬੇਸਣ ਤਾਂ ਪਾਇਆ ਨਹੀਂ ਆ ਬਦਾਣਾ ਰੜ ਕੇ ਪਹਿਲਾਂ ਹੀ ਕਾਲਾ ਹੋਇਆ ਪਿਆ ਵਾ ਬੇਸਣ ਪਾਇਆ ਨਹੀਂ ਬਦਾਣਾ ਰੜ ਕੇ ਕਾਲਾ ਹੋਇਆ ਪਿਆ ਉਹ ਸ਼ੁਕਰ ਕਰ ਬਾਪੂ ਤੇ ਖਾਧੇ ਨਹੀਂ ਹੈ ਉਹ ਬਦਾਣਾ ਕਾਹਨੂੰ ਆ ਇਹਦਾ ਬੇੜਾ ਬਹਿ ਗਿਆ ਬੱਕਰੀ ਨੇ ਉੱਪਰੋਂ ਮੋਗੇ ਥਾਣੀ ਮੀਂਗਣਾ ਕਰਤੀਆਂ ਵੇ ਮੈਂ ਤੇ ਸੁਣਿਆ ਕਹਿੰਦੇ ਬਾਪੂ ਲੜਕੇ ਘਰੋਂ ਚਲਾ ਗਿਆ ਕਿਸੇ ਰਿਸ਼ਤੇ ਚ ਗਿਆ ਕਿਤੇ ਹੋਰ ਚਲਾ ਗਿਆ ਉਹ ਰਿਸ਼ਤੇਦਾਰੀ ਕਾਨੂੰ ਸ਼ਾਂਤੀ ਏ ਉਹ ਤਾਂ ਕਿਤੇ ਆਪਣੇ ਬੇਅੰਤ ਹੋਣੇ ਨਹੀਂ ਮੁੰਡੇ ਸਤਾਰਾ ਹੋਟਲ ਵਾਲੇ ਜਿਹੜਾ ਖੇਤਰ ਆ ਜਿਨ੍ਹਾਂ ਦਾ ਹੋਟਲ ਆਹੋ ਮੈਂ ਜਾਣਦੀ ਆ ਉਹਨਾਂ ਦੇ ਨਾਲ ਸਾਡਾ ਬਾਪੂ ਉਹਨਾਂ ਦੇ ਬਾਪੂ ਦੇ ਨਾਲ ਫੌਜ ਚ ਇਕੱਠੇ ਰਹੇ ਆ ਅੱਛਾ ਤੇ ਬਾਪੂ ਨੇ ਤਾਂ ਜਾਣ ਲੱਗਿਆ ਬੱਸ ਦੇ ਵਿੱਚ ਬੜੇ ਪੁਆੜੇ ਪੈ ਗਏ ਕੀ ਗੱਲ ਹੋ ਗਈ ਉਹ ਜਿਹੜੀ ਬੱਸ ਚ ਬੈਠਾ ਉਸੇ ਬੱਸ ਦੇ ਵਿੱਚ ਕਿਤੇ ਰਤਨੀ ਲੜਾਕੂ ਬੈਠੀ ਸੀ ਹਾਏ ਹਾਏ ਭਜਣਿਆ ਵੇ ਉਹ ਤਾਂ ਬਾਲੀ ਚਲਾਕ ਆ ਕਿੱਥੇ ਬਾਪੂ ਨੇ ਪੰਗਾ ਲੈ ਲਿਆ ਤੇ ਕਿਤੇ ਨਾਲ ਹੀ ਬੁੜਾ ਬੈਠੇ ਉਸੇ ਬੱਸ ਦੇ ਵਿੱਚ ਕਿਤੇ ਅਮਨਾ ਬਾਪਲੇ ਵਾਲਾ ਮੁੰਡੇ ਕਾਲਜ ਵਾਲੇ ਅੱਛਾ ਤੇ ਮੁੰਡਾ ਰਵਨੀਤ ਦਾ ਆਪਣਾ ਸੁਖਮਨੇ ਟਾਇਰ ਵਾਲਿਆਂ ਦਾ ਆਹੋ ਤੇ ਇੱਕ ਦੋ ਮੁੰਡੇ ਹੋਰ ਸੀਗੇ ਚੜੇ ਹਾਂ ਤੇ ਉਹ ਕਿਤੇ ਸ਼ਰਾਰਤੀ ਮੁੰਡੇ ਆ ਉਹਨਾਂ ਨੇ ਹੱਥ ਉੱਪਰ ਦੀ ਕਰਕੇ ਨਾ ਵੀ ਸਾਡੇ ਬੁੜੇ ਦਾ ਨਾਂ ਲੱਗੂ ਹਾਂ ਉੱਪਰ ਦੀ ਹੱਥ ਕਰਕੇ ਕਿਤੇ ਰਤਨੀ ਦੇ ਚੁੰਡੀ ਵੜਤੀ ਹੁਣ ਬਾਪੂ ਨੂੰ ਸਾਡੇ ਨੂੰ ਕੀ ਪਤਾ ਬਾਪੂ ਤਾਂ ਚੁੱਪ ਕੀਤਾ ਬੈਠਾ ਅੱਛਾ ਤੇ ਰਤਨੀ ਨੇ ਆਸੇ ਪਾਸੇ ਜੇ ਝਾਕਿਆ ਅੱਛਾ ਉਦਾਂ ਤਾਂ ਉਹ ਵੀ ਸਿਆਣੀ ਆ ਵੀ ਚੱਲ ਪਹਿਲਾਂ ਤਾਂ ਉਹਨੇ ਨਹੀਂ ਵੀ ਚੱਲ ਸ਼ੱਕ ਜੀ ਪੈਂਦੀ ਹੈ ਹਾਂ ਤੇ ਪਹਿਲਾਂ ਇੱਕ ਵਾਰੀ ਬੁੜੇ ਹਲ ਝਾਕੀ ਸਾਡੇ ਬੁੜੇ ਨੂੰ ਹੁਣ ਕੀ ਪਤਾ ਦੁਬਾਰਾ ਫੇਰ ਮੁੰਡਿਆਂ ਨੇ ਚੁੰਡੀ ਵੜਤੀ ਉਹਦਾ ਸ਼ੁਰੂ ਹੋ ਗਈ ਗਾਣਾ ਕੱਢਣ ਲੱਗ ਚੋਰਿਆ ਢੋਲੀ ਤੇਰੀ ਦਾੜੀ ਆ ਲੱਤਾਂ ਤੇਰੀਆਂ ਕਵਰ ਚਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਮਿਸ ਗੱਲਾਂ ਮਾਰਨਾ ਉਹ ਮਿਸ ਗੱਲਾਂ ਕਿ ਮੈਂ ਤੈਨੂੰ ਸਵਾਹ ਮਾਰਨੀ ਆ ਮੇਰਾ ਤਾਂ ਨੈਟਵਰਕ ਹੀ ਨਹੀਂ ਕੰਮ ਕਰਦਾ ਸ਼ਾਂਤੀ ਇਹ ਬੰਦੇ ਨੇ ਜਦੋਂ ਕਿਤੇ ਲਾਮ ਅੰਦਰ ਜਾਣਾ ਹੋਵੇ ਬਾਹਰ ਅੰਦਰ ਜਾਣਾ ਹੋਵੇ ਬੰਦੇ ਦੀ ਜੇਬ 'ਚ ਚਾਰ ਪੈਸੇ ਤਾਂ ਚਾਹੀਦੇ ਆ ਭਜਨਿਆ ਕਿਤੇ ਵੀ ਲੋੜ ਪੈ ਸਕਦੀ ਆ ਹੁਣ ਬੱਸ ਦੇ ਵਿੱਚ ਬੈਠਾ ਉਧਰੋਂ ਕੰਡਕਟਰ ਆ ਗਿਆ ਟਿਕਟ ਬਈ ਟਿਕਟ ਆ ਬਾਪੂ ਟਿਕਟ ਮੈਂ ਤਾਂ ਬਰੰਗ ਆ ਬਰੰਗ ਹੈ ਉਹ ਗੱਲ ਸੁਣ ਬਾਪੂ ਤੂੰ ਭਜਨੇ ਦਾ ਬਾਪੂ ਹੈ ਤਾਂ ਕਰਕੇ ਤੈਨੂੰ ਛੱਡਤਾ ਕਿਉਂਕਿ ਭਜਨਾ ਸਾਡਾ ਆੜੀ ਹੈ ਬਰੰਗ ਤਾਂ ਤੂੰ ਹੈਗਾ ਜੇ ਅੱਗੇ ਤੈਨੂੰ ਕਿਸੇ ਨੇ ਨਾ ਛੜਾਇਆ ਫੇਰ ਤੇ ਬਰੰਗੀ ਵਾਪਸ ਮੁੜੇ ਤੇ ਉਦੋਂ ਗਾਹਾਂ ਸੁਣ ਲਾ ਸੰਤੀ ਬੇਅੰਤ ਹੋਣਾ ਦੇ ਘਰੇ ਚਲਿਆ ਗਿਆ ਉਹਨਾਂ ਦੇ ਬੁੜੇ ਦੇ ਨਾਲ ਬੈਠਾ ਬੈਠਾ ਕਿਤੇ ਦਾਰੂ ਵੱਧ ਪੀ ਅੱਛਾ ਉੱਥੇ ਖਲਾਰੇ ਜੇ ਪੈ ਗਏ ਉਹਨਾਂ ਨੇ ਸੋਚਿਆ ਇੱਥੇ ਬੁੜੀਆਂ ਬਾੜੀਆਂ ਵਾਲਾ ਘਰ ਆ ਇੱਥੇ ਕੋਈ ਹੋਰ ਨਾ ਇਦਾਂ ਦੀ ਗੱਲਬਾਤ ਕਹਿ ਦੇਵੇ ਉਹਨਾਂ ਨੇ ਹੋਟਲ ਚ ਕਮਰਾ ਲਿਆ ਚੱਲ ਚੰਗਾ ਕੀਤਾ ਹਾਂ ਹੋਟਲ ਦੇ ਵਿੱਚ ਸ਼ਾਂਤੀ ਇਹ ਤਰ੍ਹਾਂ ਤਰ੍ਹਾਂ ਦੇ ਕਸਟਮਰ ਠਹਿਰੇ ਹੁੰਦੇ ਆ ਆਹੋ ਉਹ ਇੱਕ ਕੁੜੀ ਕਿਤੇ ਕੰਨ ਨੂੰ ਮੋਬਾਈਲ ਲਾਇਆ ਹੋਇਆ ਕਿਤੇ ਗੱਲਾਂ ਮਾਰਦੀ ਮਾਰਦੀ ਨਾ ਆਪਣਾ ਕਮਰਾ ਭੁੱਲ ਕੇ ਤੇ ਬਾਪੂ ਵਾਲੇ ਕਮਰੇ 'ਚ ਧੁੱਸ ਜੀ ਇੱਕ ਵੜ ਗਈ ਬੇ ਫੇਰ ਅਮਲੀਆ ਹੁਣ ਬਾਪੂ ਪਤਾ ਨਹੀਂ ਕੀ ਉਹਦੇ ਕੱਪੜੇ ਕੁਪੜੇ ਕੀ ਪਤਾ ਹੀ ਪਤਾ ਦਾੜ ਦੇਣੇ ਵਿੱਚ ਉਹਦੇ ਜਾ ਤੈਨੂੰ ਪਤਾ ਵੀ ਉਹਦੀ ਨੂੰਹ ਕੋਲੇ ਨਿਆਣਾ ਹੋਣ ਵਾਲਾ ਸੀਗਾ ਅੱਛਾ ਜਿਆਦਾ ਨੂੰ ਸਿੱਧਾ ਪੁੱਛ ਲਾ ਉਹ ਕਦੇ ਛੱਪੜ ਦੇ ਉੱਪਰ ਮੱਝਾਂ ਨਵਾਉਂਦੀ ਨਵਾਉਂਦੀ ਇਹ ਆਪਦੀ ਵੀ ਉਧਰ ਮਰੂਤੀ ਲਈ ਫਿਰਦਾ ਕਦੇ ਬੱਕਰੀ ਲਈ ਫਿਰਦਾ ਪਹੁੰਚ ਗਿਆ ਤੇ ਗੇੜੇ ਜੇ ਦਿੰਦਾ ਦਿੰਦਾ ਹੁਣ ਯਾ ਤਾਂ ਸਿੱਧਾ ਪੁੱਛ ਲਾ ਵੇ ਆ ਫੌਜੀਆ ਕਿਵੇਂ ਜਿਹੜਾ ਮਾਰਿਆ ਈ ਉਹ ਮੈਂ ਤਾਂ ਇੱਧਰ ਆਇਆ ਸੀ ਮੈਂ ਕਿਹਾ ਤੂੰ ਮੱਝਾਂ ਚਾਰਦੀ ਫਿਰਦੀ ਆ ਵੀ ਜਿਹੜਾ ਮੈਂ ਚੱਲ ਪਤਾ ਲੈ ਲਾਂ ਤੈਨੂੰ ਪਤਾ ਵੀ ਤੁਹਾਡੀ ਨੂੰਹ ਕੋਲੇ ਬਾਲ ਬੱਚਾ ਹੋਣ ਵਾਲਾ ਸੀਗਾ ਆ ਮੈਂ ਤਾਂ ਹੁਣ ਦੇਖਿਆ ਵੀ ਮੱਝ ਵੀ ਸੂਪੀ ਤੁਹਾਡੀ ਨਾ ਮੱਝ ਨੇ ਕੀ ਦਿੱਤਾ ਵੇ ਮੱਝ ਨੇ ਕੱਟਾ ਦਿੱਤਾ ਓਏ ਹੋਏ ਫੇਰ ਤਾਂ ਕੰਮ ਖਰਾਬ ਹੋ ਗਿਆ ਚਲੋ ਕੋਈ ਗੱਲ ਨਹੀਂ ਉਹ ਜਾਣੀਏ ਦੁੱਧ ਬਾਅਦ ਹੋ ਗਿਆ ਸਵਾਦ ਤਾਂ ਜੇ ਤੁਹਾਡੀ ਬਹੂ ਵੀ ਕੁਛ ਇਹੋ ਜਿਹਾ ਹੀ ਦੇਵੇ
ਮੈਨੂੰ ਪਤਾ ਲੱਗਿਆ ਕਹਿੰਦੇ ਜਾਗਰ ਦੇ ਘਰੇ ਵੀ ਮੁੰਡਾ ਹੋਇਆ ਖੁਸਰੇ ਨੱਚੇ ਲੈ ਉੱਥੇ ਤਾਂ ਸਨ ਤੇ ਖੁਸਰੇ ਨੇ ਤਾਂ ਨੱਚਣਾ ਨੱਚਣਾ ਸੀ ਅਸੀਂ ਬੜਾ ਭੰਗੜਾ ਪਾਇਆ ਬਸ ਕਰੋ ਭੈਣੇ ਬਸ ਕਰੋ ਆਏ ਹਾਏ ਬਲਾਓ ਮੁੰਡੇ ਦਾ ਪਾਪਾ ਕਿਹੜਾ ਆ ਹਾਂ ਬਈ ਆਏ ਹਾਏ ਮੁੰਡਾ ਦੇ ਕਿੰਨਾ ਚੰਨ ਵਰਗਾ ਸੋਹਣਾ ਮੈਂ ਸਦਕੇ ਜਾਵਾ ਲੈ ਬਈ ਮੁੰਡੇ ਦੇ ਪਾਪੇ ਸਾਡਾ ਲਾਗ ਲਿਆ ਕਿੰਨਾ ਇੱਕ ਸੋਨੇ ਦੀ ਮੁੰਦਰੀ ਇੱਕ ਇੰਗਲੈਂਡ ਦਾ ਸੂਟ ਇਹ ਗੱਲ ਸੁਣਾ ਗੱਲ ਸੁਣਾ ਆਹ ਤਾਂ ਹੈਗੀ ਬੇਇਨਸਾਫੀ ਕਿਉਂ ਦੇਖੋ ਸਾਡੇ ਜ਼ਮਾਨੇ 'ਚ ਵੀ ਜਦੋਂ ਨਾਣਾ ਕਿਸੇ ਦੇ ਜੰਮਦੇ ਸੀ ਜਦੋਂ ਖੁਸਰੇ ਨੱਚਦੇ ਹੁੰਦੇ ਸੀ ਤਾਂ 100-100, 200-200 ਰੁਪਏ ਨਾਲ ਸਾਰ ਲੈਂਦੇ ਹੁੰਦੇ ਸੀ ਹਾਏ ਹਾਏ ਮਾਮਾ ਉਦੋਂ ਜਨਾਨੀਆਂ ਜੰਮਦੀਆਂ ਵੀ 12-12 ਨਿਆਣੇ ਸੀ ਤੇ ਹੁਣ ਕੀ ਹੋ ਗਿਆ ਤੇ ਹੁਣ ਇੱਕ ਜੰਮ ਕੇ ਕਨੈਕਸ਼ਨ ਕਟਵਾ ਲੈਣਾ ਬਦਲ ਗਿਆ ਮੇਰੇ ਯਾਰ ਬਜਨਾ ਬਦਲ ਗਿਆ ਬਹਿ ਜਾ ਵੀ ਭਜਨਿਆ ਕੋਠੀ ਟੌਰ ਤਾਂ ਬਥੇਰੀ ਆ ਤੇ ਤੂੰ ਵੀ ਬੜਾ ਸੋਹਣਾ ਸੁਨੱਖਾ ਲੱਗਦਾ ਬੜਾ ਸੋਹਣਾ ਸੋਹਣਾ ਪਾਇਆ ਪਰ ਯਕੀਨ ਜੇ ਨਹੀਂ ਆਉਂਦਾ ਵੀ ਕੋਠੀ ਤੇਰੀ ਆ ਸੰਤੀਏ ਤੈਨੂੰ ਮੈਂ ਦੱਸਾਂ ਮੈਂ ਬਦਲ ਗਿਆ ਮਨ ਜਾ ਮੈਂ ਬਦਲ ਗਿਆ ਬਦਲ ਗਿਆ ਕਰੀ ਜਾਣਾ ਭਜਨਿਆ ਤੂੰ ਤਾਂ ਚਲੇਡੇ ਵਾਂਗੂ ਰੰਗ ਬਦਲਦਾ ਆ ਕਦੇ ਨੇਤਾ ਬਣ ਜਾਣਾ ਕਦੇ ਸੱਪਾਂ ਵਾਲਾ ਕਦੇ ਡਾਕਟਰ ਕਿਵੇਂ ਯਕੀਨ ਕਰਾਂ ਵੀ ਕੋਠੀ ਤੇਰੀ ਆ ਮੰਨਦੀ ਨਹੀਂ ਫਿਰ ਨਾ ਤੂੰ ਨਹੀਂ ਮੰਨਦੀ ਫਿਰ ਇਹ ਕੀ ਆ ਇਹ ਮੈਂ ਤੈਨੂੰ ਨਾ ਹੁਣ ਕਰੇਨ ਨਾ ਚੁਕਾਉਣਾ ਤੂੰ ਦੇਖੀ ਜਾ ਮਰ ਜਾ ਰੋਕ 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 ਨਾ ਮੇਰੇ ਵੱਲ ਭੱਜੀਆਂ ਦੀ ਆ ਜਿਹੜਾ ਨਹੀਂ ਮੰਨੂਗਾ ਇਸੇ ਨਾ ਚੁਕਾਉਣਾ ਮੈਂ ਤੈਨੂੰ ਦੱਸਾਂ ਮੈਂ ਬਦਲ ਗਿਆ ਸੰਤੀਏ ਤੈਨੂੰ ਮੈਂ ਦੱਸਿਆ ਮੈਂ ਬਦਲ ਗਿਆ ਹੋਰ ਤੌਰ ਤਾਂ ਕੱਢ ਲਈ ਆ ਮੰਨ ਲਿਆ ਕੋਠੀ ਵੀ ਤੇਰੀ ਆ ਹੁਣ ਆਤਮ ਵੀ ਬਦਲ ਲੈ ਆਤਮ ਕੀ ਹੋ ਗਿਆ ਅਮਰ ਜਿਹੜੇ 4-5 ਦਿਨ ਪਹਿਲਾਂ ਸਬਜ਼ੀ ਮੰਡੀ ਕੀ ਪੰਗਾ ਲੈ ਲਿਆ ਕਿੰਨਾ ਲੜਾਈ ਕਰ ਗਿਆ ਉਹ ਸਬਜ਼ੀ ਮੰਡੀ 'ਚ ਮੈਂ ਕਾਹਨੂੰ ਰੌਲਾ ਪਾਇਆ ਸੀ ਸੰਤੀਏ ਉਹ ਤਾਂ ਕਿਤੇ ਕੇਲਾ ਗਾਜਰ ਨੂੰ ਵਿਆਹਣ ਚੱਲਿਆ ਸੀ ਵੀ ਅੱਛਾ ਤੇ ਕੇਲੇ ਦੇ ਘਰ ਵਾਲੇ ਤਾਂ ਮੰਨਦੇ ਨਹੀਂ ਸੀ ਕਹਿੰਦੇ ਕੁੜੀ ਦੀ ਜਾਤ ਹੋਰ ਆ ਅੱਛਾ ਤੈਨੂੰ ਪਤਾ ਵੀ ਕੇਲਾ ਕੱਲਾ ਕਹਿਰਾ ਮੁੰਡਾ ਸੀ ਅੱਛਾ ਕੇਲਾ ਕਹਿੰਦਾ ਜੇ ਮੇਰਾ ਉੱਥੇ ਨਾ ਵਿਆਹ ਹੋਇਆ ਤਾਂ ਮੈਂ ਕੋ ਖਾ ਕੇ ਮਰ ਜੂ ਵੀ ਫੇਰ ਭਜਨੇ ਆ ਬਾ ਕੇਲਾ ਸੰਤੀਏ ਬਰਾਤੀਆਂ ਨੂੰ ਲੈ ਕੇ ਜਾ ਵੜਿਆ ਉੱਥੇ ਅੱਛਾ ਭੰਗੜੇ ਦੇ ਵਿੱਚ ਸੰਤੀਏ ਅਨਾਨਾਸ ਪੇਠਾ ਆਲੂ ਅੰਬ ਉਹਦਾ ਭੰਗੜਾ ਪਾਉਣ ਉੱਥੇ ਅੱਛਾ ਕੰਮ ਉਦੋਂ ਵਿਗੜਿਆ ਸੰਤੀਏ ਜਦੋਂ ਰੀਬਨ ਕੱਟਣ ਦੀ ਰਸਮ ਹੋਣ ਲੱਗੀ ਕੀ ਗੱਲ ਹੋ ਗਈ ਤੈਨੂੰ ਪਤਾ ਵੀ ਮੂਲੀ ਕੇਲੇ ਦੀ ਸਾਲੀ ਸੀ ਅੱਛਾ ਮੂਲੀ ਪਲੇਟ ਲਈ ਚੱਕੀ ਖੜੀ ਸੀ ਰੀਬਨ ਕਟਾਉਣ ਨੂੰ ਬਾਤ ਦੇ ਲਾ ਅਨਾਨਾਸ ਨੇ ਸੰਤੀਏ ਮੂਲੀ ਨੂੰ ਅੱਖ ਦੱਬ ਦਿੱਤੀ ਫਟੇ ਮੂੰਹ ਮੂਲੀ ਤਾਂ ਉਹਦੇ ਗਲ ਪੈ ਗਈ ਅੱਛਾ ਕਹਿੰਦੀ ਗੱਲ ਸੁਣ ਵੇ ਬੂਦੜਾ ਜਾ ਮੈਨੂੰ ਗੋਰੀ ਚਿੱਟੀ ਦੇਖ ਕੇ ਮੈਨੂੰ ਅੱਖ ਦੱਬਦਾ ਵਾ ਅੱਛਾ ਮੈਨੂੰ ਦੇਖ ਦੇਖ ਮੁੱਛਾਂ ਨੂੰ ਵੱਟ ਦਿੰਦਾ ਵਾ ਅਨਾਨਾਸ ਕਹਿੰਦਾ ਚੁੱਪ ਕਰਕੇ ਬਹਿ ਜਾ ਮੈਂ ਜਾਣਦਾ ਤੈਨੂੰ ਗੋਰੀ ਚਿੱਟੀ ਨੂੰ ਅੱਛਾ ਹਰੇਕ ਕੋਈ ਤੈਨੂੰ ਬਾਲਾਂ ਤੋਂ ਫੜ ਕੇ ਖਿੱਚ ਲੈਂਦਾ ਬਾਅਦ ਚ ਅਗਲੇ ਕਹਿੰਦੇ ਮੂਲੀ ਪੱਟ ਲਈ ਸੰਤੀਏ ਨਿੰਬੂ ਕਿਤੇ ਮੂਲੀ ਦੀ ਹਮਾਇਤ ਚ ਬੋਲਣ ਲੱਗਿਆ ਕੇਲਾ ਕਹਿੰਦਾ ਚੁੱਪ ਕਰਕੇ ਬੈਠ ਜਾ ਤੈਨੂੰ ਸਾਰੇ ਨਿਚੋੜ ਕੇ ਪੀ ਜਾਂਦੇ ਆ ਨਿੰਬੂ ਕੀ ਕਹਿੰਦਾ ਨਿੰਬੂ ਕਹਿੰਦਾ ਮੈਨੂੰ ਤਾਂ ਪ੍ਰਾਹੁਣਾ ਨਿਚੋੜ ਕੇ ਪੀਂਦੇ ਆ ਤੈਨੂੰ ਸਾਰੇ ਨੰਗਾ ਕਰਕੇ ਖਾਂਦੇ ਆ ਹਾਏ ਹਾਏ ਸੰਤੀਏ ਗਧੇ ਅੰਬ ਨੇ ਟਮਾਟਰ ਨਾਲ ਪੰਗਾ ਲੈ ਲਿਆ ਅੱਛਾ ਅੰਬ ਕਹਿੰਦਾ ਗੱਲ ਸੁਣੋ ਜਦੋਂ ਕਿਸੇ ਦੇ ਕੁੱਟ ਪੈਂਦੀ ਨਾ ਅਗਲਾ ਤੇਰਾ ਨਾਂ ਲਾ ਕੇ ਕਹਿੰਦਾ ਕੁੱਟ ਕੁੱਟ ਕੇ ਟਮਾਟੇ ਵਰਗਾ ਲਾਲ ਕਰ ਦੂੰ ਨਾ ਤੂੰ ਹੁੰਦਾ ਨਾ ਕੋਈ ਕਿਸੇ ਨੂੰ ਕੁੱਟਦਾ ਸੱਚੀ ਗੱਲ ਆ ਭਜਨਿਆ ਟਮਾਟਾ ਕਹਿੰਦਾ ਚੁੱਪ ਕਰ ਜਾ ਅੰਬ ਤਾਂ ਹੋਰ ਵੀ ਹੈਗੇ ਆ ਪਰ ਸਾਰੇ ਤੈਨੂੰ ਗਧਾ ਅੰਬ ਕਹਿ ਕੇ ਬਣਾਉਂਦੇ ਸੰਤੀਏ ਜਦੋਂ ਕੰਮ ਠੰਡਾ ਪੈਣ ਲੱਗਿਆ ਕਰੇਲੇ ਨੇ ਸੰਤਰੇ ਨੂੰ ਲੁਕਾਰਾ ਮਾਰਤਾ ਨਾ ਕਰੇਲਾ ਕੀ ਕਹਿੰਦਾ ਕਹਿੰਦਾ ਗੱਲ ਸੁਣੋ ਤੁਹਾਡੇ ਖਾਨਦਾਨ ਦੇ ਵਿੱਚ 12-12 ਜੀ ਹੁੰਦੇ ਆ ਤੇ ਉੱਪਰ ਲੈਣ ਵਾਸਤੇ ਸਾਰਿਆਂ ਕੋਲੇ ਲੀੜਾ ਇੱਕ ਹੀ ਹੁੰਦਾ ਅੱਛਾ ਅਸੀਂ ਤਾਂ ਇਹ ਜਿਹਾ ਸਾਡੇ ਤਾਂ ਅਸੀਂ ਲੋਕਾਂ ਦੀ ਬੇਬਾਦੀ ਦੂਰ ਕਰ ਦਿੰਦੇ ਆ ਬਿਮਾਰੀਆਂ ਦੂਰ ਕਰ ਦਿੰਦੇ ਆ ਆਹੋ ਸੰਤਰਾ ਉਹਨੂੰ ਕਹਿੰਦਾ ਬਹਿ ਜਾ ਚੁੱਪ ਕਰਕੇ ਜਾਣਦਾ ਮੈਂ ਤੈਨੂੰ ਬੇਵਾਦੀ ਦੂਰ ਕਰਨ ਵਾਲੇ ਨੂੰ ਕੀ ਗੱਲ ਤੂੰ ਕੀ ਕਹਿੰਦੇ ਆ ਬਿਮਾਰੀਆਂ ਦੂਰ ਕਰ ਦੇਗਾ ਤੇਰਾ ਆਪਦਾ ਪਿੰਡਾਂ ਦਾ ਫੈਂਸੀਆਂ ਨਾਲ ਭਰਿਆ ਪਿਆ ਅੱਛਾ ਸੰਤੀਏ ਆਲੂ ਬੁਖਾਰੇ ਨਾਲ ਖੈਪੜ ਪਿਆ ਹਾਏ ਉਹਨੇ ਕੀ ਪੰਗਾ ਲੈ ਲਿਆ ਕਹਿੰਦਾ ਗੱਲ ਸੁਣ ਤੇਰਾ ਆਪਦਾ ਨਾਂ ਤਾਂ ਕੋਈ ਹੈ ਨਹੀਂ ਤੂੰ ਮੂਹਰੇ ਮੇਰਾ ਨਾਂ ਲੈ ਕੇ ਮਗਰ ਪਤਾ ਨਹੀਂ ਕਿਹੜੀ ਬਿਮਾਰੀ ਦਾ ਨਾਂ ਲਾਈ ਫਿਰਦਾ ਵੱਡਾ ਆਲੂ ਬੁਖਾਰਾ ਅੱਛਾ
आलू बुखारा कहिंदा तूं की बोलण नूं मरदा है जिवें पंजाब च भिज्जे तुरे फिरदा इवें तूं सारियां सर्दियां च तुरिया फिरदा संतिए पेठा कदे आलू दी हिमायत करन लग्या अच्छा ते अंगूर ने पेठे ते दबा लाता ओ किवें कहिंदा चुप करके बह जा टिंडला जिहा तेरे खानदान चो कोई पूरे दा पूरा कदे इक चुल्हे ते चढ़िया कोई पाइया लै जांदा कोई अद्धा किलो लै जांदा ना फिर गल किवें निबड़ी संति उदों नूं कमेटी वाले आ गए अच्छा नींबू तेरे वांगू सारा तो मूरे अनानास दिया कमेटी वाले ने मुद्दा फड़ लिया हाय हाय भाई पेठा ढड़ जा डग पै करे उठ पै करे डग पै करे अंगूर मूली दे बालां च बढ़ गया अच्छा ते अंब अंब टोकरे थले बढ़ गया ते आलू आलू संति बोरी च बढ़ गया गाजर हुई बेचारी शर्म ना लाल होगी भाई आलू दे मगर जो बोरी च आलू बुखारा बन लग गया आलू ने आलू बुखारा दे जवाड़ा दे थाड़ देने लत ठोकी वे भजनिया फल सब्जियां दी जान किवें बची ओ ता संति केले नु गल उड़ गई की गल उड़ गई केला कहंदा साथियो अज अपने ते सारे ते भीड़ पै गई ऐ करो भी सारे जने आपो अपने लीड़े ला के सड़ दियो फिर बस उन्हां ने सारे ने जो लीड़े ला के सिटे बदल गया मेरे यार बजना बदल गया जिक्र ही नहीं होया भजनी दी पई आ बेबे तेरा मुंह तां विखा विखा बेबे मुंह तां विखा तेरा बेबे सन्मानित करना सी अच्छा ते मैं उत्थे झंडा लहराउण दी रस्म अदा करनी सी अच्छा ते भला संति इह जिहड़ा जदों झंडा लहराउंदे आ ते झंडे दे विचों की डिगदा हुंदा भजनिया होर की डिगना फुल ही डिगदे ने अच्छा संति इह देख ला अमलिया ने 14 तरीक नूं पूरी तैयारी कर ली अच्छा ते संति आए इत्थे ना हथ ला 15 तरीक नूं संति जदों मैं पहुंचया उत्थे मेरे नां दी ते बल्ले बल्ले होई पई अनाउंसमेंट होई जावे अमली जुनिया ने अपने मरहूम ने ता महरूम ता मरे होए नूं कहंदे आ महबूब बोर महबूब नेता जी अपने मित्र प्यारे साथियों दे नाल बच्चे रेड़े दे पहुंचने वाले हैं इंतजार दियां घड़ियां खत्म लो जी तुहाड़े सामने आ गए नेता जी आ रहे ने जोरदार ताड़ियां जी देखो थोड़ा प्यार मेनू खिंच लिया नहीं मैं बाहर अंदर घट ही निकलदा वैसे थोड़े जो बंदोबस्त किया वा मेरे वास्ते तुसी ये देख के मेरा मन बागो बाग हो गया ये देख के मेरा दिल करदा मैं थोनू बार बार सलूट संभल के थोड़ा ते बहुत मेरा मन बहुत खुश होया हुण इस करके गां भी कई पासे मैं जाना वा ते मैं झंडे दी रस्म मैं चाहूंगा ते छेती तो छेती मैं झंडे दी रस्म करके अगला बड़ों बापा फिर संति बस ना अजे मैं झंडे दी रस्सी खिची हुई सी
ਉਹਦੇ ਹੀ ਪਤਾ ਲੱਗਿਆ ਵੀ ਮੇਰੀ ਦੁਬਾਰਾ ਅੱਖ ਜਾ ਕੇ ਹਸਪਤਾਲ ਦੇ ਵਿੱਚ ਹੀ ਖੁੱਲੀ। ਹੋਇਆ ਕੀ? ਰਾਤ ਨੂੰ ਕੋਈ ਝੰਡੇ ਦੇ ਵਿੱਚ ਫੁੱਲਾਂ ਦੀ ਥਾਂ ਤੇ ਰੋੜੇ ਬਣ ਗਿਆ। ਵੇ ਭਜਨਿਆ, ਤੁਹਾਡਾ ਅਮਲੀਆਂ ਦਾ ਕਿੱਦਾਂ ਗੁਜ਼ਾਰਾ ਹੁੰਦਾ ਆ? ਕਿੱਥੋਂ ਇੰਨਾ ਨਸ਼ਾ ਕਰਦੇ ਹੋ, ਕਿੱਥੋਂ ਕਮਾਈ ਕਰਦੇ ਹੋ, ਇੰਨੇ ਪੈਸੇ ਕਿੱਥੋਂ ਆਉਂਦੇ ਨੇ? ਕਾਹਦਾ ਸੰਤੀ ਪੈਸੇ, ਕਾਹਦਾ ਕਮਾਈ? ਸਾਡਾ ਅਮਲੀਆਂ ਦਾ ਨਸ਼ਾ ਪੱਤਾ ਕਰਨ ਵਾਲਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ। ਸੱਚੀ ਗੱਲ ਆ ਭਜਨਿਆ, ਬੁਰੇ ਹਾਲ ਬੌਂਕੇ ਦਿਹਾੜੇ ਘਰ ਦੇ ਵਿੱਚ ਕਲੇਸ਼ ਰਹਿੰਦਾ। ਪਹਿਲਾਂ ਤਾਂ ਅਮਲੀ ਬੰਦੇ ਆ ਵੀ ਨਸ਼ੇ ਦੀ ਜਦੋਂ ਤੋੜ ਲੱਗਦੀ ਏ ਫਿਰ ਘਰ ਦਾ ਚੀਜ਼ ਕੋਈ ਨੀ ਦੇਖਦੀ, ਜਿਹੜੀ ਮੂਹਰੇ ਆ ਜੀ ਉਹਨੂੰ ਚੱਕ ਕੇ ਵੇਚ ਦਿੰਦੇ। ਵੇ ਚੋਰੀ ਕਰਦੇ ਹੋ? ਪਹਿਲਾਂ ਤੇ ਲੀੜੇ ਲੂੜੇ ਵੇਚਦੇ ਆ, ਹਾਂ, ਫੇਰ ਭਾਂਡੇ ਵਗੈਰਾ ਵੇਚਦੇ ਆ, ਹਾਂ, ਫੇਰ ਜਦੋਂ ਘਰੋਂ ਸਾਰਾ ਕੁ ਮੁੱਕ ਜੇ ਮੁੜ ਫੇਰ ਬਾਹਰ ਫੇਰ ਚੋਰੀ ਕਰਨ ਜਾਂਦੇ। ਹਾਏ ਹਾਏ, ਇੰਨਾ ਮਾੜਾ ਹਾਲ! ਹੁਣ ਤੈਨੂੰ ਮੈਂ ਦੱਸਾਂ, ਹਾਕਮ ਮੇਰੇ ਨੇ ਆ, ਹਾਂ, ਉਹ ਦੇਖਣ ਨੂੰ ਉਹਦਾ ਟੌਰ ਹੀ ਲੱਗਦਾ ਵਾ। ਆਹੋ, ਇੰਨੀ ਵਧੀਆ ਟੌਰ ਆ ਉਹਦੀ! ਹੁਣ ਨਸ਼ੇ ਇੰਨੇ ਜ਼ਿਆਦਾ ਕਰਦਾ, ਘਰ ਦੇ ਵਿੱਚ ਇੰਨਾ ਜ਼ਿਆਦਾ ਕਲੇਸ਼ ਵਧਿਆ ਹੋਇਆ ਵਾ। ਮੈਂ ਕੰਪਨੀ ਦਿਆ ਇੱਥੇ ਵਿਹਲਾ ਬੈਠਾ ਵਾਂ, ਸਾਰੇ ਘਰ ਦੇ ਭਾਂਡੇ ਜਿੰਨੇ ਬਾਹਰ ਵੇਚਦੇ ਆ, ਨਿਆਣੇ ਭੁੱਖੇ ਮਰੀ ਜਾਂਦੇ ਨੇ, ਕੁਛ ਕਰ ਹੀ ਲੈ, ਨਸ਼ੇ ਪੱਤੇ ਛੱਡ ਦੇ। ਉਹ ਇਹ ਨਹੀਂ ਛੱਡੇ ਜਾਣੇ, ਜਿੱਦਣੇ ਛੱਡਿਆ ਸਰੀਰ ਹੀ ਛੱਡਾਂਗੇ। ਮਰਜੀ ਹੋ ਜਾ ਕੰਜਰ, ਕੋਈ ਗੱਲ ਨਹੀਂ, ਸਰੀਰ ਛੱਡੇਗਾ ਨਾ, ਹੁਣ ਤੈਨੂੰ ਘਰ ਚੋਂ ਚਵਾਨੀ ਨਹੀਂ ਮਿਲਣੀ, ਹੁਣ ਜਿੱਥੇ ਮਰਜੀ ਜਾ ਤੇ ਧੱਕੇ ਖਾ। ਧੱਕੇ ਨਹੀਂ ਖਾਣੇ, ਡੋਡੇ ਖਾਊਂ, ਫੀਮਾਂ ਖਾਊਂ, ਸ਼ਰਾਬਾਂ ਪੀਊਂ, ਜੇ ਇਹ ਗੱਲ ਆ ਨਾ, ਅੱਜ ਤੈਨੂੰ ਕੋਈ ਨਾ ਕੋਈ ਕਰਤੱਵ ਕਰਕੇ ਹੀ ਦਿਖਾਊਂ। ਹੁਣ ਥੋੜੇ ਦਿਨ ਪਹਿਲਾਂ ਬਾਹਰ ਚੋਰੀ ਕਰਨ ਚਲਿਆ ਗਿਆ। ਅੱਛਾ, ਸ਼ਾਂਤੀ ਇਹ ਕਿਸੇ ਦੀ ਮੱਝ ਚੋਰੀ ਕਰ ਲਿਆ? ਮੱਝ ਚੋਰੀ ਕਰ ਲਿਆ ਆ? ਜਦੋਂ ਘਰੇ ਆਇਆ ਮੱਝ ਲੈ ਕੇ, ਉਹਦੇ ਵਾਲੀ ਕੋਈ ਹੋਰ ਖੋਲ ਕੇ ਲੈ ਗਿਆ ਮੇਰੇ ਅਰਗਾ। ਤੇ ਮੁੜ ਕੇ ਘਰ ਵਾਲੀ ਦੇ ਗਲ ਪੈ ਗਿਆ। ਪੱਪੀਏ ਨਹੀਂ ਪੱਪੀਏ, ਉੱਠ ਖੜ ਕੰਬ ਕਰਨ ਦੀ ਭੈਣੇ, ਖਾ ਖਾ ਰਾਸਣ ਸੁੱਕਰੀ ਜਾਨੀ। ਹਾਏ ਕੀ ਹੋ ਗਿਆ? ਹਾਏ ਵੇ, ਉਹ ਆਪਣੀ ਮੱਥੇ ਖੁਰਲੀ ਮੱਝ ਨਹੀਂ ਦੀਦੀ। ਹਾਏ ਹਾਏ ਵੇ, ਮੈਂ ਮਰ ਜਾ, ਮੈਨੂੰ ਲੱਗਦਾ ਵੇ ਆਪਣੀ ਮੱਝ ਕੋਈ ਚੋਰੀ ਕਰਕੇ ਲੈ ਗਿਆ। ਜਦੋਂ ਮੱਝ ਕੋਈ ਚੋਰੀ ਕਰਕੇ ਲੈ ਗਿਆ ਉਦੋਂ ਮੱਝ ਰਿੰਗੀ ਨਹੀਂ? ਰਿੰਗੀ ਤਾਂ ਸੀ ਨਾ, ਫਿਰ ਤੂੰ ਉੱਠੀ ਕਿਉਂ ਨਹੀਂ? ਮੈਂ ਸੋਚਿਆ ਉਹ ਮੱਝ ਰਿੰਗੀ ਜਿਹੜੀ ਤੂੰ ਚੋਰੀ ਕਰਕੇ ਲਿਆਇਆ। ਵੇ ਅਮਲੀਓ, ਤੁਸੀਂ ਇੱਥੇ ਬੈਠ ਕੇ ਨਸ਼ੇ ਕਰੀ ਜਾਂਦੇ ਹੋ, ਲੋਕ ਚੰਦ ਤੇ ਪਹੁੰਚ ਗਏ ਆ। ਚੰਦ ਤੇ ਪਹੁੰਚ ਗਏ? ਆਹੋ, ਕਹਿੰਦੇ ਉੱਪਰ ਫਸਲਾਂ ਵੀ ਹੋਇਆ ਕਰਨਗੀਆਂ। ਅੱਛਾ, ਮੱਕੀ, ਕਣਕ, ਝੋਨਾ। ਓਹੋ, ਉੱਪਰ ਝੋਨਾ ਵੀ ਹੋਇਆ ਕਰੂ? ਆਹੋ ਭਜਨੇ, ਝੋਨਾ ਵੀ ਹੋਊ। ਵੀ ਜੇ ਝੋਨਾ ਉੱਪਰ ਲੱਗਿਆ ਸਾਂ ਤੇ ਝੋਨੇ ਨੂੰ ਤਾਂ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਤਾਂ ਮਤਲਬ ਉੱਪਰ ਬੋਰ ਵੀ ਹੋਣਗੇ ਤੇ ਨਲਕੇ ਵੀ ਲੱਗਣਗੇ। ਵੇ ਬੋਰ ਵੀ ਲੱਗਣਗੇ ਤੇ ਨਲਕੇ ਵੀ ਹੋਣਗੇ। ਪੱਕੀ ਗੱਲ ਆ? ਆਹੋ, ਮੈਂ ਤਾਂ ਛੱਡ ਮੜ ਕੇ। ਵੇ ਕਿੱਥੇ ਨੂੰ ਚੱਲਿਆ? ਮੈਂ ਸੁੱਕੀ ਸਾਂ ਤੇ ਨਹੀਂ ਮਰਨਾ। ਕੀ ਗੱਲ ਹੈ? ਉੱਪਰੋਂ ਨਲਕੇ ਦੀ ਬੋਕੀ ਆ ਗਈ, ਮੇਰਾ ਤਾਂ ਸਿਰ ਪਾੜ ਦੂੰਗਾ। ਬੇਟੇ ਮੂੰਹ ਤੇਰੇ ਰਿਹਾ ਨਾ ਅਮਲੀ ਦਾ। ਅਮਲੀ, ਵੇ ਕੀ ਕਰੀ ਜਾਣਾ, ਮੰਜਾ ਦਾ ਡਾਲ ਆ। ਉੱਪਰ ਤਾਂ ਮਾਹੌਲ ਜਿਹਾ ਠੀਕ ਹੈ ਨਾ? ਉੱਪਰ ਸਾਰਾ ਕੁਝ ਠੀਕ ਆ ਭਜਨਿਆ। ਮੈਨੂੰ ਤੇਰੇ ਤੇ ਵਿਸ਼ਵਾਸ ਜਾ ਨਹੀਂ ਲੱਗਦਾ। ਵੀ ਚੱਲ ਆ, ਤੇਰੀ ਮੱਤ ਮਾਰੀ ਗਈ ਆ, ਚੱਲ ਬੈਠ ਆਰਾਮ ਨਾਲ, ਚੱਲ ਮੰਜਾ ਡਾ। ਹੁਣ ਕੋ ਆਪਣੀ ਜ਼ਿੰਦਗੀ ਦੀ ਮੈਨੂੰ ਵਧੀਆ ਜੀ ਘਟਨਾ ਸੁਣਾ ਦੇ। ਘਟਨਾ ਕਹਦਾ ਸੰਤੀ, ਮੇਰੀ ਤਾਂ ਜ਼ਿੰਦਗੀ ਚ ਸਾਰੀਆਂ ਦੁਰਘਟਨਾਵਾਂ ਹੀ ਆਈਆਂ। ਵੀ ਚੱਲ ਦੁਰਘਟਨਾ ਹੀ ਸੁਣਾ ਦੇ। ਅਸੀਂ ਨਾ ਕਿਹਾ, ਮੈਂ ਤੇ ਜਾਗਰ ਅਮਲੀ ਤੇ ਭਾਣਾ ਅਮਲੀ ਤੇ ਆਪਣਾ ਹਾਕਮ ਹਿਰਨੇ ਵਾਲਾ। ਅੱਛਾ, ਅਸੀਂ ਨਾ ਸ਼ਾਮ ਜੇ ਨੂੰ ਕਿਤੇ ਖਾ ਪਈਆ ਜਾ ਸੀਗਾ। ਪੌਣਾ ਠਹਿਰ ਜਾ, ਜਾਨ ਨਿਕਲਦੀ ਆ। ਹੁਣ ਸਾਰੇ ਡੋਲੀ ਕਾਹਨੂੰ ਜਾਂਦੇ ਆ ਤੇ ਉਧਰੋਂ ਕਿਤੇ ਥਾਣੇ ਦਾ ਇੱਕ ਘੋੜੀ ਤੇ ਚੜਿਆ। ਰਾਤ ਕੱਟਣੀ ਆ ਆ ਜਨਾਬ, ਕੋਈ ਸੇਵਾ ਦੱਸੋ। ਆ ਘੋੜੀ ਲੈ ਜਾਓ, ਘੋੜੀ ਦੀ ਸੇਵਾ ਕਰਨੀ ਆ ਪੂਰੀ। ਮੈਂ ਕਿਹਾ ਜੀ, ਘੋੜੀ ਦੀ ਪੂਰੀ ਸੇਵਾ ਕਰਾਂਗੇ, ਘੋੜੀ ਦੇ ਪੂਰਾ ਖਰਖਰਾ ਕਰਾਂਗੇ ਤੇ ਤੁਸੀਂ ਨਿਸ਼ਚਿੰਤ ਹੋ ਕੇ ਜਾਓ। ਤੇ ਜੇ ਘੋੜੀ ਭੱਜ ਗਈ ਤਾਂ ਮੈਥੋਂ ਬੁਰਾ ਕੋਈ ਨਹੀਂ। ਮੈਂ ਕਿਹਾ ਜਨਾਬ, ਜੇ ਘੋੜੀ ਭੱਜ ਗਈ ਸਾਨੂੰ ਤੁਸੀਂ ਨਿਸ਼ਚਿੰਤ ਹੋ ਕੇ ਜਾਓ। ਠੀਕ ਆ, ਬਸ ਮੈਂ ਚੱਲਿਆ ਫਿਰ। ਹੈਂ, ਹਾਂਜੀ, ਸਾਂਭ ਕੇ ਰੱਖਿਓ। ਠੀਕ ਹੈ ਜੀ। ਘੋੜੀ ਕਹਦੀ ਹੈ ਤਾਂ ਮਿਰਜੇ ਵਾਲੀ ਬੱਕੀ ਆ। ਬਸ ਸ਼ਾਂਤੀ, ਥਾਣੇਦਾਰ ਲੰਬੜਦਾਰਾਂ ਦੇ ਘਰੇ ਜਾ ਕੇ ਖਾਣ ਪੀਣ ਲੱਗ ਗਿਆ, ਅਸੀਂ ਆਪਣਾ ਬੈਠ ਕੇ ਘਰੇ ਆਪਣਾ ਖਾਣ ਪੀਣ ਲੱਗ ਗਏ। ਰਾਤ ਨੂੰ ਘੋੜੀ ਭੱਜ ਗਈ।
ਹਾਏ ਹਾਏ ਵੇ ਮਰ ਜਾਣੇ ਘੋੜੀ ਭਜਾਤੀ ਸੁਵੀਰ ਨੂੰ ਥਾਣੇਦਾਰ ਆਇਆ ਉਹ ਹੁਣ ਕੀ ਕਰੀਏ ਓਏ ਹੁਣ ਕੀ ਕਰੀਏ ਓਹੀ ਤਾਂ ਮੈਂ ਪੁੱਛਦਾ ਹੁਣ ਕੀ ਕਰੀਏ ਓਏ ਹੁਣ ਕੀ ਕਰੀਏ ਓ ਹੁਣ ਤਾਂ ਜੋ ਕੁਝ ਕਰੂਗਾ ਉਹ ਹੌਲਦਾਰ ਕਰੂਗਾ ਸੀ ਥਾਣੇਦਾਰ ਦੇ ਬਰਾਬਰ ਬੋਲੇ ਹਾਂ ਜੀ ਹਾਲ ਆਮਲ ਗਿਓ ਠੀਕ ਹੈ ਜਨਾਬ ਠੀਕ ਹੈ ਠੀਕ ਹੈ ਹਾਂ ਜੀ ਆ ਘੋੜੀ ਕਿੱਥੇ ਘੋੜੀ ਨੂੰ ਛੱਡੋ ਜਨਾਬ ਤੁਸੀਂ ਆ ਦੱਸੋ ਰਾਤ ਕਿੱਦਾਂ ਦੀ ਬੀਤੀ ਰਾਤ ਵਧੀਆ ਘਰ ਦੀ ਦਾਰੂ ਸੀਗੀ ਮਰਗਾ ਮਰਗਾ ਲੰਬੜਦਾਰ ਨੇ ਸੋਹਣਾ ਬਣਾਇਆ ਸੀ ਵਧੀਆ ਰਾਤ ਲੰਘ ਗਈ ਅੱਛਾ ਘੋੜੀ ਕਿੱਥੇ ਹੈ ਘੋੜੀ ਨੂੰ ਛੱਡੋ ਜਨਾਬ ਫਿਰ ਵਧੀਆ ਬੀਤੀ ਹੈ ਵਧੀਆ ਬੀਤੀ ਤੈਨੂੰ ਮੈਂ ਕਿਹਾ ਵਧੀਆ ਬੀਤੀ ਰਾਤ ਸੋਹਣੀ ਲੰਘੀ ਅੱਛਾ ਘੋੜੀ ਦੱਸੋ ਘੋੜੀ ਕਿੱਥੇ ਘੋੜੀ ਨੂੰ ਛੱਡੋ ਜਨਾਬ ਤੁਸੀਂ ਆ ਦੱਸੋ ਭੂਤਨੀ ਤੇ ਘੋੜੀ ਕਿੱਥੇ ਜਨਾਬ ਤੁਸੀਂ ਫਿੱਟਾ ਮੂੰਹ ਆਖੋ ਜਨਾਬ ਸਾਨੂੰ ਫਿੱਟੇ ਮੂੰਹ ਆਖੋ ਕੀ ਗੱਲ ਫਿੱਟੇ ਮੂੰਹ ਕਾਤੋਂ ਕਹਿੰਦੇ ਘੋੜੀ ਭੱਜ ਗਈ ਹੈ ਘੋੜੀ ਭੱਜ ਗਈ ਗੱਲ ਛੱਡ ਓ ਤੁਹਾਨੂੰ ਪਤਾ ਨਹੀਂ ਮੇਰਾ ਨਾਂ ਇੰਸਪੈਕਟਰ ਕਿੱਕਰ ਵੱਡੇ ਵੱਡੇ ਬਦਮਾਸ਼ਾਂ ਦੀ ਮੈਂ ਲਾ ਦਿੰਦਾ ਨਿੱਕਰ ਹੁਣ ਥਾਣੇ ਲਿਜਾ ਕੇ ਤੁਹਾਡੇ ਫੇਰੂੰਗਾ ਛਿੱਤਰ ਤੇ ਘੋੜੀ ਕਿਵੇਂ ਹੋ ਗਈ ਤਿੱਤਰ ਗੱਲ ਛੱਡ ਬੈਠਕਾ ਮਾਰ ਬੈਠਕਾ ਮਾਰ ਬੈਠਕਾ ਮਾਰ ਛੱਡਣਾ ਨਹੀਂ ਮੈਂ ਤੁਹਾਨੂੰ ਛੇਤੀ ਕਰ ਬੈਠਕਾ ਕੱਢੋ ਥੱਲੇ ਥੱਲਾ ਥੱਲੇ ਲਾ ਭੁਗਤਨੀ ਦੇ ਤੁਹਾਨੂੰ ਮੈਂ ਜਦੋਂ ਕਿਹਾ ਸੀਗਾ ਵੀ ਘੋੜੀ ਸਾਂਭ ਕੇ ਰੱਖਣੀ ਆ ਘੋੜੀ ਦੀ ਸੇਵਾ ਕਰਨੀ ਆ ਘੋੜੀ ਭੱਜ ਕੇ ਮੈਂ ਗਈ ਛੇਤੀ ਕਰ ਥਾਣੇਦਾਰ ਸੰਤੀ ਜਦੋਂ ਜ਼ਿਆਦਾ ਹੀ ਗਰਮ ਹੋਣ ਲੱਗਿਆ ਮੈਂ ਕਿਹਾ ਵੀ ਇਹ ਤਾਂ ਕੰਮ ਖਰਾਬ ਹੁੰਦਾ ਮੈਂ ਸੰਤੀ ਪਿੱਛੇ ਦੀ ਜਾ ਕੇ ਨਾ ਤੇ ਤੇਲੂਆਂ ਦਾ ਬੱਕਰਾ ਲਿਆ ਕੇ ਉਹਦੇ ਗਲ 'ਚ ਸੰਗਲੀ ਪਾ ਕੇ ਉਹ ਜਨਾਬ ਕੀ ਕਰੀ ਜਾਣੇ ਘੋੜੀ ਕਾਹਨੂੰ ਭੱਜੀ ਆ ਇਹ ਤਾਂ ਐਵੇਂ ਕਮਲੇ ਬੰਦੇ ਆ ਨਸ਼ਾ ਕਰ ਕਰਕੇ ਇਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਘੋੜੀ ਭੱਜੀ ਦੀ ਘੋੜੀ ਹੈਗੀ ਆ ਘੋੜੀ ਹੈਗੀ ਆ ਆਹ ਦੇਖ ਲਓ ਘੋੜੀ ਨਾ ਇਹ ਘੋੜੀ ਆ ਉਹ ਜਨਾਬ ਘੋੜੀ ਹੋਈ ਆ ਚਾਰ ਬੰਦੇ ਸੀ ਖਰਖਰਾ ਕਰਦੇ ਰਹੇ ਘਸ ਕੇ ਐਡੀ ਇਹ ਸੰਤੀ ਕਈ ਦਫ਼ਾ ਦਾ ਨਾ ਸਾਡਾ ਅਮਲੀਆਂ ਦਾ ਹੋਇਆ ਨਸ਼ਾ ਬੱਤਾ ਕਰਨ ਵਾਲੇ ਬੰਦੇ ਹੋ ਗਏ ਅਨਪੜ੍ਹ ਬੰਦੇ ਹੋ ਗਏ ਕਈ ਦਫ਼ਾ ਤਾਂ ਅਸੀਂ ਪਸ਼ੂ ਵਰਗੇ ਕੰਮ ਕਰ ਜਾਈਦੇ ਸੱਚੀ ਗੱਲ ਆ ਭਜਣਿਆ ਮੈਂ ਤਾਂ ਕਈ ਦਫ਼ਾ ਜਾਗਰ ਨੂੰ ਸਮਝਦਾ ਸੀ ਵੀ ਇਹ ਜਮਾ ਕਮਲਾ ਵਾ ਪਰ ਉਹਦੀ ਪਿੱਠ ਸੁਣਦੀ ਆ ਮੈਂ ਉਦੋਂ 10 ਗੁਣਾ ਜ਼ਿਆਦਾ ਕਮਲਾ ਵਾ ਹੋਇਆ ਕੀ ਆ ਹੋਇਆ ਕੀ ਆ ਦੱਸਦੇ ਨੂੰ ਮੈਨੂੰ ਸ਼ਰਮ ਆਉਂਦੀ ਆ ਜਦ ਮੈਂ ਤੇਰੇ ਕੋਲੇ ਦੱਸ ਦਿੰਦਾ ਵਾ ਆ ਪਿੱਛੇ ਜੇ ਨਾ ਤੈਨੂੰ ਮੈਂ ਦੱਸਿਆ ਸੀ ਆਪਣੇ ਆ ਕਾਰਡ ਬਣਦੇ ਸੀਗੇ ਆਹ ਨੀਲੇ ਕਾਰਡ ਦਾਲ ਆਟਾ ਸਕੀਮ ਵਾਲੇ ਆਹੋ ਜਦੋਂ ਨਵੀਂ ਸਰਕਾਰ ਬਣੀ ਆ ਆ ਉਦੋਂ ਸਾਡਾ ਅਫਸਰ ਕਹਿੰਦਾ ਵੀ ਐ ਕਰ ਫਾਈਲ ਤੇਰੀ ਹੋ ਗਈ ਤਿਆਰ ਅੱਛਾ ਤੇ ਕਾਰਡ ਤੈਨੂੰ ਮਿਲ ਜੂਗਾ ਆ ਫਾਈਲ ਲੈ ਜਾ ਕੇ ਸਰਪੰਚ ਤੋਂ ਤੇ ਘੁੱਗੀ ਮਰਵਾ ਲੈ ਅੱਛਾ ਪਹਿਲਾਂ ਤਾਂ ਮੈਂ ਸੰਤੀ ਰਤਨੇ ਕੇ ਖੇਤਾਂ 'ਚ 2 ਦਿਨ ਘੁੱਗੀ ਲੱਭਦਾ ਰਹੇ ਅੱਜ ਘੁੱਗੀਆਂ ਹੀ ਮਰ ਗਈਆਂ ਪਤਾ ਨਹੀਂ ਕਿੱਥੇ ਆਹ ਦਾਲ ਆਟੇ ਦੇ ਕਾਰਡ ਵਾਲੇ ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਚੜਾਉਣਗੇ ਹੁਣ ਸਾਹਿਬ ਨੇ ਕੁਰਸੀ ਤੇ ਬੈਠੇ ਨੇ ਕਹਿਤਾ ਵੀ ਘੁੱਗੀ ਘੁੱਗੀ ਮਰਵਾ ਕੇ ਲਿਆ ਹੁਣ ਸਾਹਿਬ ਨੂੰ ਪਤਾ ਲੱਗੇ ਜਦੋਂ ਟੀ ਸੀ ਤੇ ਚੜ੍ਹਨਾ ਪੈਂਦਾ ਉਹ ਕਿੱਥੋਂ ਘੁੱਗੀ ਲੱਭਾਂ ਹੁਣ ਅੱਜ ਘੁੱਗੀਆਂ ਪਤਾ ਨਹੀਂ ਕਿੱਥੇ ਹੜਤਾਲ 'ਤੇ ਚਲੀਆਂ ਗਈਆਂ ਅਏ ਉਹ ਬਾਬਾ ਨਾਨਕਾ ਮੈਂ ਹੁਣ ਕਿਵੇਂ ਉਤਰੂੰਗਾ ਥੱਲੇ ਉਹ ਜੇ ਮੈਂ ਡਿੱਗ ਪਿਆ ਤਾਂ ਮੇਰੀ ਘੁੱਗੀ ਘੈਂ ਹੋ ਜਾਣੀ ਆ ਅਏ ਆਹ ਦਾਲ ਆਟੇ ਵਾਲੀ ਸਕੀਮ ਨੇ ਨਾ ਕਾਰਡਾਂ ਨੇ ਇੰਨੇ ਤੰਗ ਕੀਤੇ ਉੱਧਰ ਅਫਸਰ ਕੁਰਸੀਆਂ 'ਤੇ ਬੈਠੇ ਕਹਿ ਦਿੰਦੇ ਆ ਐਂ ਕਰੋ ਵੀ ਫਾਈਲ 'ਤੇ ਤਾਂ ਘੁੱਗੀ ਮਰਵਾ ਕੇ ਲਿਓ ਪਤਾ ਲੱਗਦਾ ਜਦੋਂ ਘੁੱਗੀ ਫੜਨੀ ਹੋਵੇ ਅਤੇ ਜਦੋਂ ਘੁੱਗੀ ਲੱਭੀ ਪਰਨੇ 'ਤੇ ਲੜ ਬੰਨ ਕੇ ਮੈਂ ਘੁੱਗੀ ਲੈ ਗਿਆ ਅਤੇ ਸਾਹਮਣੇ ਕਿਤੇ ਘਰ ਜਾਂਦਾ ਸਰਪੰਚ ਬੈਠਾ ਸਰਪੰਚ ਤੁਹਾਨੂੰ ਵੋਟਾਂ ਪਾਈਆਂ ਤੁਹਾਨੂੰ ਸਰਪੰਚ ਬਣਾਇਆ ਗੱਲ ਸੁਣ ਤੂੰ ਨਸ਼ੇ ਦੇ ਵਿੱਚ ਵੱਧ ਘੱਟ ਹੋ ਰਹਿਣਾ ਹੁਣ ਮੇਰੇ ਤੋਂ ਯਾਰ ਕਿਉਂ ਪਾਪ ਕਰਾਉਣਾ ਮੈਂ ਦੱਸ ਕਿਉਂ ਘੁੱਗੀ ਮਾਰਾਂ ਉਹ ਮੇਰੀ ਗੱਲ ਸੁਣੋ ਮੇਰਾ ਕੰਮ ਰੁਕਿਆ ਮੈਂ ਨੀਲਾ ਕਾਰਡ ਬਣਾਉਣਾ ਮੇਰਾ ਸਾਹਿਬ ਕਹਿੰਦਾ ਸਰਪੰਚ ਸਾਹਿਬ ਤੋਂ ਘੁੱਗੀ ਮਰਵਾ ਕੇ ਲਿਆ ਸਰਪੰਚ ਨੇ ਸੋਚਿਆ ਇਹ ਤੋਂ ਖਿਹੜਾ ਕਿਵੇਂ ਛਿੜਾਗੀ ਚੱਲ ਠੀਕ ਹੈ ਮੈਂ ਘੁੱਗੀ ਮਾਰ ਦਿੰਦਾ ਹਾਂ ਪਰ ਹੁਣ ਆਪਾਂ ਨੂੰ ਪਤਾ ਕਿਵੇਂ ਲੱਗੂ ਵੀ ਇਹ ਘੁੱਗੀ ਹੈ ਕਿ ਘੁੱਗਾ ਮੈਨੂੰ ਪੱਕਾ ਪਤਾ ਸਰਪੰਚ ਸਾਹਿਬ ਇਹ ਘੁੱਗੀ ਆ ਤੈਨੂੰ ਕਿਵੇਂ ਪਤਾ ਕਿਉਂਕਿ ਘੁੱਗੇ ਨੂੰ ਮੂਹਰੇ ਲਾਈ ਫਿਰਦੀ ਸੀ ਬਦਲ ਗਿਆ ਮੇਰੇ ਯਾਰ ਬਜਨਾ ਬਦਲ ਗਿਆ ਆ ਕੀ ਟੁੱਟਿਆ ਆ ਕੀ ਟੁੱਟਿਆ ਅੱਛਾ ਅੱਛਾ ਮੇਰੀਆਂ ਹੱਡੀਆਂ ਦਾ ਜੜਾਕਾ ਪਿਆ
ਇਹਦਾ ਐਕਸਰਸਾਈਜ਼ ਨੇ ਬਚਾ ਲਈ। ਜੇ ਮੈਂ ਐਕਸਰਸਾਈਜ਼ ਨਾ ਕਰਦਾ ਤਾਂ ਹੁਣ ਮੈਂ ਓਲਡ ਮੈਨ ਲੱਗਣ ਲੱਗ ਗਿਆ ਸੀ। ਯੋਗਾ ਨੋ ਕਰਤਾਰੇ ਕਾ ਯੋਗਾ ਯੋਗਾ ਮੀਨ ਤੂੰ ਮੇਰੇ ਯੋਗਾ ਮੈਂ ਤੇਰੇ ਯੋਗ ਨੋ ਐਕਸਰਸਾਈਜ਼ ਕਪਾਲ ਭਾਤੀ ਸਾਂਸ ਅੰਦਰ ਲਿਆਓ ਬਾਹਰ ਛੋੜੋ ਸਰੀਰ ਛੱਡਣ ਨੂੰ ਨਹੀਂ ਕਿਹਾ ਮੈਂ ਕਪਾਲ ਭਾਤੀ ਕਰਨ ਨੂੰ ਕਿਹਾ ਕਪਾਲ ਭਾਤੀ ਇਜ਼ ਵੈਰੀ ਗੁੱਡ ਐਕਸਰਸਾਈਜ਼ ਫੋਰ ਮਾਈ ਡਿਮਾਕ ਇਸੇ ਕਰਕੇ ਮੈਂ ਤੈਨੂੰ ਕਹਿੰਦਾ ਜੇ ਤੂੰ ਐਕਸਰਸਾਈਜ਼ ਕਰਦਾ ਹੁੰਦਾ ਤਾਂ ਤੇਰਾ ਮੂੰਹ ਹੁਣ ਨੂੰ ਛੁੱਟੇ ਮੂੰਹ ਵਰਗਾ ਨਾ ਹੁੰਦਾ ਮੂੰਹ ਬੰਦ ਕਰ ਖੋਲ੍ਹ ਬੰਦ ਹੀ ਰੱਖੀ ਪਹਿਲਾਂ ਇਹ ਦੱਸ ਭੱਜਿਆ ਆਉਣਾ ਹਾਫਲਿਆ ਆਉਣਾ ਮਗਰ ਪੁਲਿਸ ਵਾਲੇ ਲੱਗੇ ਹੋਏ ਆ ਦੱਸ ਗੱਲ ਕੀ ਹੋ ਗਈ ਪੁਲਿਸ ਨਹੀਂ ਲੱਗੀ ਮੈਂ ਤਾਂ ਤੈਨੂੰ ਦੱਸਣ ਆਇਆ ਸੀ ਬਾਹਰ ਕਮੇਟੀ ਵਾਲੇ ਕੁੱਤੇ ਫੜਦੇ ਫਿਰਦੇ ਆ ਤਾਈਆਂ ਮੈਂ ਤੈਨੂੰ ਕਹਿੰਦਾ ਨਾ ਬਾਹਰ ਅੰਦਰ ਨਾ ਨਿਕਲਿਆ ਕਰ ਓ ਜਾ ਯਾਰ ਤੂੰ ਤਾਂ ਮੈਨੂੰ ਹੀ ਟਿੱਚਰਾਂ ਕਰਦਾ ਰਹਿੰਦਾ ਯਾਰ ਤੂੰ ਮੇਰਾ ਤਾਂ ਦੁੱਖ ਹੀ ਨਹੀਂ ਸੁਣਦਾ ਓ ਯਾਰ ਮੇਰੇ ਘਰ ਵਾਲੀ ਨੇ ਤਾਂ ਨਾ ਮੇਰੀ ਜੂਨ ਹੀ ਖਰਾਬ ਕਰਕੇ ਰੱਖਤੀ ਆ ਤੇਰੀ ਜੂਨ ਖਰਾਬ ਕੀਤੀ ਆ ਮੇਰੀ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਮੇਰਾ ਸਾਰਾ ਸਾਲ ਹੀ ਖਰਾਬ ਕਰਕੇ ਰੱਖਤਾ ਉਦੋਂ ਤਾਂ ਕਹਿੰਦੇ ਭਜਨੇ ਆ ਮੇਰਾ ਯਾਰ ਛੇਤੀ ਵਿਆਹ ਕਰਾ ਕੇ ਮੈਨੂੰ ਛੇਤੀ ਘੋੜੀ 'ਤੇ ਚੜਾ ਸ਼ਰਮ ਕਰ ਹੁਣ ਤਾਂ ਘੋੜੀ ਵੀ ਮਰ ਗਈ ਘੋੜੀ ਦੇ ਹਜੇ ਤੱਕ ਨਹੀਂ ਤੈਨੂੰ ਪੈਸੇ ਦੇ ਹੋਏ ਹੁਣ ਉਹਦਾ ਮਾਲਕ ਮਰਨ ਨੂੰ ਫਿਰਦਾ ਅਤੇ ਮੈਂ ਤੈਨੂੰ ਕਦੋਂ ਕਿਹਾ ਸੀ ਮੈਨੂੰ ਘੋੜੀ 'ਤੇ ਚੜਾ ਨਾ ਹੋਰ ਮੈਂ ਤੈਨੂੰ ਗਧੇ 'ਤੇ ਚੜਾ ਦਿੰਦਾ ਉਹ ਸੱਚ ਭਜਨੇ ਯਾਰ ਗਧੇ ਤੋਂ ਗੱਲ ਯਾਦ ਆ ਗਈ ਇਹ ਵਿਆਹ ਵਾਲੇ ਮੁੰਡੇ ਨੂੰ ਘੋੜੀ 'ਤੇ ਕਾਹਤੋਂ ਚੜਾਉਂਦੇ ਆ ਗਧੇ 'ਤੇ ਯਾਰ ਕਾਹਤੋਂ ਨਹੀਂ ਚੜਾਉਂਦੇ ਇਹ ਗਧੇ 'ਤੇ ਕਾਕਾ ਜੀ ਤਾਂ ਨਹੀਂ ਚੜਾਉਂਦੇ ਇਹ ਵਿਆਹ ਵਾਲੀ ਕਾਕੀ ਦੋ ਗਧਨ ਦੇਖ ਕੇ ਡਰ ਨਾ ਜਾਵੇ ਭਜਨਿਆ ਤੇਰਾ ਯਾਰ ਆਸ਼ਾ ਬੁੱਟਰ ਵਾਲਾ ਉਹ ਅਮਰਜੀਤ ਸ਼ਰਮਾ ਜਿਹੜਾ ਉਹ ਕਿਤਾਬਾਂ ਕਤੂਬਾਂ ਜੀਆਂ ਲਿਖਦਾ ਹੁੰਦਾ ਸੀ ਉਹ ਕੀ ਕਰਦਾ ਹੁੰਦਾ ਕੀ ਹਾਲ ਆ ਉਹਦਾ ਹੁਣ ਉਹ ਤਾਂ ਜਾਗਰ ਹੁਣ ਬਾਬਾ ਬਣ ਗਿਆ ਬਾਬਾ ਉਹ ਬਾਬਾ ਕੀ ਵਿੱਚੇ ਤਾਂ ਦਵਾਈ ਬੂਟੀ ਦਾ ਕਰੀ ਜਾਂਦਾ ਹਕੀਮ ਪੁਣਜੇ ਦਾ ਅੱਛਾ ਵਿੱਚੇ ਕਿਤਾਬਾਂ ਲਿਖੀ ਜਾਂਦਾ ਸ਼ਾਇਰੀ ਵੀ ਕਰੀ ਜਾਂਦਾ ਤੇ ਵਿੱਚੇ ਆ ਪੁੱਛਾਂ ਪਾਛਾਂ ਦੇਣ ਲੱਗ ਜਾਂਦਾ ਵਾ ਲੈ ਥੋੜੇ ਦਿਨ ਪਹਿਲਾਂ ਕਿਤੇ ਆਪਣੇ ਸਾਡੇ ਪਿੰਡ ਵਾਲੇ ਜਿਹੜੇ ਹਵੇਲੀ ਵਾਲੇ ਦਾਰੂ ਦੂਰੂ ਨਹੀਂ ਕੱਢਦੇ ਧਾਰੋ ਕੇ ਵਾਲੇ ਆਹੋ ਪਿੱਛਾ ਉਹਨਾਂ ਦਾ ਧਾਰੋ ਕੀ ਆ ਉਹਨਾਂ ਦੇ ਘਰੇ ਬੈਠਾ ਪੁੱਛਾਂ ਦੇ ਯਾਰ ਹੋਰ ਕੀ ਮੇਰੇ ਤੇ ਸੁਣਦੇ ਆ ਰਾਉ ਪੰਜਾਬ ਦਾ ਲਾਲੀ ਪੁਲਿਸ ਚਲੀ ਗਈ ਗੱਲ ਸੁਣਾ ਮੈਂ ਇੰਸਪੈਕਟਰ ਕਿੱਕਰ ਵੱਡੇ ਵੱਡੇ ਬਦਮਾਸ਼ਾਂ ਦੀ ਲਾਹ ਦੇਣਾ ਨਿੱਕਰ ਤੇਰੇ ਥਾਣੇ ਜਾ ਕੇ ਫੇਰਦਾ ਛਿੱਤਰ ਤੇ ਬਾਕੀ ਸਾਰੇ ਹੋ ਗਏ ਤਿੱਤਰ ਗੱਲ ਸੁਣਾ ਪਾਉਣਾ ਤੂੰ ਮੈਂ ਜਨਾਬ ਸਿਆਣਾ ਹੈ ਸਿਆਣਾ ਭੂਤ ਨਹੀਂ ਦਿਆ ਤੂੰ ਕਹਦਾ ਸਿਆਣਾ ਸਿਆਣਾ ਤਾਂ ਉਹ ਸੀ ਜਿਹੜਾ ਭੱਜ ਗਏ ਓ ਯਾਰ ਫੇਰ ਵੀ ਤੇਰਾ ਯਾਰ ਸੀ ਤੂੰ ਥਾਣੇ ਜਾਣਾ ਸੀ ਛਡਾ ਸ਼ੁਰੂ ਲਿਆਉਣਾ ਸੀ ਉਹਨੂੰ ਕੋਈ ਫੋਨ ਕਰ ਦੇਣਾ ਸੀ ਐ ਕਰੋ ਬੰਡੋ ਜਿਆ ਸੱਟਾਂ ਨੂੰ ਉਹਦਾ ਜੱਪ ਸੀ ਯਾਦ ਨਾ ਪੁੱਟਦੀ ਇਹਨੂੰ ਮਾਮੀ ਬਚਾ ਲੈ ਬਚਾ ਲੈ ਚੱਲ ਮਾਮੀ ਬਚਾ ਲੈ ਓ ਜਾਗਰਾ ਮੈਂ ਹੁਣ ਥਾਣੇ ਥੁਣੇ ਜਾਣਾ ਛੱਡਿਆ ਹੈ ਕਿਉਂ ਕਿਉਂਕਿ ਭਜਨਾ ਹੁਣ ਜਮਾਂ ਬਦਲ ਗਿਆ
ਪੜਤੀ ਪੋਸਤ ਪੁੱਕੀ ਖਾਣੀ ਛੱਡ ਗਿਆ ਜਰਦਾ ਚੁੰਡੀ ਲਾਣੀ ਛੱਡਤੀ ਪੋਸਤ ਪੁੱਕੀ ਖਾਣੀ ਛੱਡ ਗਿਆ ਜਰਦਾ ਚੁੰਡੀ ਲਾਣੀ ਸਮੈਕੀਆਂ ਨਾਲ ਵਧਾ ਲਈ ਟਾਣੀ ਵੱਖਰੀ ਇਹਨਾਂ ਦੀ ਦੁਨੀਆ ਜਾਣੀ ਚਰਸ ਸਮੈਕ ਤੇ ਫਿੰਸੀ ਦੇ ਨਾਲ ਚਰਸ ਸਮੈਕ ਤੇ ਫਿੰਸੀ ਦੇ ਨਾਲ ਲੁੱਟਦਾ ਮੌਜ ਬਹਾਰ ਭਜਨਾ ਬਦਲ ਗਿਆ ਲਿਆਇਆ ਜੈਂਕੀ ਬਾਈਕ ਬਣਾ ਕੇ ਤੱਕਦਾ ਸ਼ੀਸ਼ਾ ਵਾਲ ਹਿਲਾ ਕੇ ਲਿਆਇਆ ਜੈਂਕੀ ਬਾਈਕ ਬਣਾ ਕੇ ਤੱਕਦਾ ਸ਼ੀਸ਼ਾ ਵਾਲ ਹਿਲਾ ਕੇ ਗੱਲਾਂ ਕਰੇ ਮੋਬਾਈਲ ਮਿਲਾ ਕੇ ਕਾਲਜ ਦੇ ਵਿੱਚ ਲੈਂਦਾ ਚਾ ਕੇ ਬੋਲੇ ਇੰਗਲਿਸ਼ ਹਿੰਦੀ ਪੰਜਾਬੀ ਬੋਲੇ ਇੰਗਲਿਸ਼ ਹਿੰਦੀ ਪੰਜਾਬੀ ਤੇਜ ਹੋਈ ਰਫਤਾਰ ਭਜਨਾ ਬਦਲ ਗਿਆ ਸੰਤੀ ਸੈਂਟੀ ਵਿੱਚ ਬਦਲਾ ਲਈ ਉਸ ਵੀ ਜੀਨ ਤੇ ਜੈਕਟ ਪਾ ਲਈ ਸੰਤੀ ਸੈਂਟੀ ਵਿੱਚ ਬਦਲਾ ਲਈ ਉਸ ਵੀ ਜੀਨ ਤੇ ਜੈਕਟ ਪਾ ਲਈ ਆ ਗਈ ਚਿਹਰੇ ਉੱਤੇ ਲਾਲੀ ਕਰਨਾ ਚੁੱਲ੍ਹੇ ਅੱਗ ਕਦੇ ਵਾਲੀ ਕਿਹੜਾ ਰੋਟੀ ਦਾਲ ਬਣਾਵੇ ਕਿਹੜਾ ਰੋਟੀ ਦਾਲ ਬਣਾਵੇ ਫਾਸਟ ਫੂਡ ਤਿਆਰ ਭਜਨਾ ਬਦਲ ਗਿਆ ਸਬਜ਼ੀ ਬਣ ਗਈ ਕਿ ਨਹੀਂ ਸਬਜ਼ੀ ਬਣ ਗਈ ਮੈਂ ਇੱਥੇ ਪੰਜਾਬੀ ਢਾਬੇ ਤੇ ਬੈਠਾ ਭੂਤ ਨਹੀਂ ਰਿਹਾ ਉਹ ਬਾਪੂ ਮੇਰੀ ਤਾਂ ਖੋਹ ਪਈ ਪਈ ਆ ਮੇਰਾ ਤਾਂ ਢਿੱਡ ਛਾਬੇ 'ਚ ਉਹ ਮੁੜਦਾ ਮੈਨੂੰ ਭੁੱਖ ਬਹੁਤ ਲੱਗੀ ਹੈ ਬਾਪੂ ਮੈਂ ਤੈਨੂੰ ਦੱਸਾਂ ਮੈਨੂੰ ਖਾ ਲਾ ਮੈਨੂੰ ਖਾ ਲਾ ਤੈਨੂੰ ਖਾ ਕੇ ਮੈਂ ਕੋੜ ਕਰਾਉਣਾ ਫਿੱਟੇ ਮੂੰਹ ਮੁਰਦਾ ਬੋਲੇ ਖੱਪਣ ਪਾੜੇ ਚੰਗੀ ਗੱਲ ਨਾ ਬੋਲੀ ਐਂ ਕਰ ਬਈ ਪੂਰਾ ਨਸ਼ਾ ਕਰਾ ਦੇ ਨਸ਼ਾ ਮੈਂ ਤੈਨੂੰ ਕਿੱਥੋਂ ਕਰਾ ਦਿਆਂ ਮੇਰਾ ਤਾਂ ਆਪ ਬਗੈਰ ਨਸ਼ੇ ਤੋਂ ਹੱਡ ਗੋਡੇ ਮੇਰੇ ਐਂ ਛਣਕੜੇ ਵਾਂਗੂ ਛਣਕੀ ਜਾਂਦੇ ਆ ਹੁਣ ਵੈਸੇ ਭੁੱਖੀ ਇੱਕ ਨਾਲ ਇਹ ਸੌ ਸੌ ਗੱਲਾਂ ਤੋੜਦਾ ਵੇਲਾ ਰਹੇ ਕੰਮ ਤੇ ਐਨਾ ਕੁਛ ਕਰਕੇ ਆਰਾਮ ਹੀ ਕਰਨਾ ਉਹ ਤਾਂ ਮੈਂ ਇੱਥੇ ਕਰੀ ਜਾ ਰਿਹਾ ਕਹਿ ਕਹਿ ਕੇ ਇਹਨੂੰ ਬੜਾ ਥੱਕੇ ਸਾਰੇ ਕਹਿ ਕਹਿ ਕੇ ਇਹਨੂੰ ਬੜਾ ਥੱਕੇ ਉਹ ਰੱਬਾ ਦੱਸ ਕੀ ਕਰੀਏ ਅਸੀਂ ਢੀਠ ਜਵਾਈ ਤੋਂ ਹਾਂ ਅੱਕੇ ਢੀਠ ਜਵਾਈ ਤੋਂ ਹਾਂ ਅੱਕੇ ਉਹ ਰੱਬਾ ਦੱਸ ਕੀ ਕਰੀਏ ਸ਼ਹਿਰ ਤੱਕ ਜਾ ਰਿਹਾ ਉੱਥੇ ਬੈਂਕ ਵਾਲਿਆਂ ਨੂੰ ਆਪਣੇ ਘਰ ਦਾ ਐਡਰੈਸ ਤੇ ਕਹਿਣਾ ਚਿੱਠੀ ਪੱਤਰ ਮੇਰੇ ਉਰੀ ਆ ਜਾ ਕਰੂ